أما بعد فأعوذ بالله من الشيطان الرجيم بسم الله الرحمن الرحيم ورفعنا لك ذكرك صدق الله مولانا العظيم صدق رسوله النبي الكريم ونحن على ذلك من الشاهدين والشاكرين والحمد لله رب العالمين والحبيب الذي ترجى شفاعته لكل هول من الأحوال المتهمين مولاي صل وسلم دائما أبدا على حبيبك خير الخلق كلهم رب اشرح لي صدري ويسر لي أمري واحلل عقدة من لساني يفقه قولي إن الله وملائكته يصلون على النبي يا أيها الذين آمنوا صلوا عليه وسلموا تسليما درود شریف پڑھیے صلى الله عليك يا وسلم عليك يا حبيب الله سبحانه صلى الله عليك يا رسول الله وسلم عليك يا اللہ تعالیٰ دی حمد و ثنا درود نبی اکرم شفیع معظم نور مجسم دانا اسب المولا اب الختم رسول تاجدار کائنات احمد مشتبہ حضرت محمد مصطفیٰ صلی اللہ علیہ وآلہ وسلم دی ذات ببرکات ہدیے درود و سلام دا نذرانہ پیش کرنے تو بعد واجب الاحترام برادران سلام قابل ساد احترام علماء کرام نوجوانان سلام بزرگوں ساتھیوں گرامی قدر حضرات میری تواڈی خوشبختی ہے کہ اللہ نے مینوں تے تانوں حضور دے ذکر واسطے قبول فرما لیا ہے میں جتنے بھی نوجوانوں نے اس پروگرام نو سجان واسطے کوشش کیتی ہے میں انہاں واسطے دعا کرنا کہ اللہ حضور دا صدقہ انہاں دی اس محنت نو کوشش نو اللہ قبول فرمائے چونکہ نعت اوہی جڑی ہے اللہ ہے جنوں حضور قبول کرن تے تقریر بھی ہوئی اللہ جنوں حضور قبول کر لین بس سارے حضور دی بارگاہ دے اندر نظرانہ عقیدت پوری دنیا تے پیش کیتا جاندا ہے لیکن خوش وقت نے جنہ دی نعت حضور قبول کر لیندے نے تو میں دعا کرنا کہ اللہ تعالیٰ تواڈی اس محفل ملاد نو اللہ اپنی بارگاہ اندر قبول فرمائے میں دیکھ رہا نوجواناں نے بڑی محبت نال بڑی کوشش نال اس محفل نو سجان واسطے انتظام کیتا ہے وہ ماں باپ بڑے خوشبخت نے جنہاں دے پتر حضور دیاں محفلاں سجاندے نے تو میرے تو قبل خطیب پاکستان شاہ سوار میدان خطابت حضرت علامہ مولانا قاری محمد ریاض الدین صدیقی صاحب دا تساں عالمانہ فاضلانہ بیان سماعت فرمایا چونکہ تواڈے گاؤں دے نے اے گھر دی مرغی جڑی او کدے برابر ہوندی دال برابر ہوندی لیکن اے تانوں نہیں علم کہ اس وقت پاکستان دے اندر جڑے چوٹی دے خطبہ نے انہاں وچ انہاں دا نام شامل ہوندا اللہ نے انہاں نوں عزت بخشی ہے جنوں رب عزت دے او دی قبول کرنی چاہی دی تو میں دو تین منٹاں دے وچ محسوس کیتا ہے کہ شاید ਕਿਰਤਾਰਪੁਰ ਦੇ ਅੰਦਰ ਜਿਸ ਤਰ੍ਹਾਂ ਉਤਲੇ ਸਪੀਕਰਾਂ 'ਤੇ ਪਾਬੰਦੀ ਹੈ ਨਾ ਇੰਝ ਕਿਰਤਾਰਪੁਰ ਦੇ ਅੰਦਰ ਜਿਹੜੇ ਮਜਮੇ 'ਚ ਬੰਦੇ ਬਹਿਣ ਉਹਨਾਂ 'ਤੇ ਸੁਭਾਨ ਅੱਲਾ ਦੀ ਵੀ ਪਾਬੰਦੀ ਹੈ ਕਿ ਉਹਨਾਂ ਨੂੰ ਵੀ ਪੁਲਿਸ ਫੜ ਕੇ ਲੈ ਜਾਂਦੀ ਹੈ ਜਿਹੜਾ ਸੁਭਾਨ ਅੱਲਾ ਕਰੇ ਇਹ ਮੈਂ ਮਹਿਸੂਸ ਕੀਤਾ ਕਿ ਹਰ ਜਗ੍ਹਾ 'ਤੇ ਲੋਕ ਆਉਂਦੇ ਨੇ ਲੇਕਿਨ ਇੱਥੇ ਬੰਦੇ ਮੂੰਹ ਮੀਟ ਕੇ ਬਹਿ ਰਹੇ ਨੇ ਹਾਲਾਂ 90 ਨੇਕੀਆਂ ਮਿਲਦੀਆਂ ਨੇ ਤੋ ਜਿਹੜੇ ਢੋਲ ਆ ਕੇ ਬੈਠੇ ਹੋ ਤੁਸੀਂ ਥੋੜ੍ਹੇ ਜਿਹੇ ਕਰੀਬ ਹੋ ਜਾਓ ਐਡੇ 'ਤੇ ਵਡੇਰੇ ਤੁਸੀਂ ਹੈ ਨਹੀਂ ਕਿ ਜਿਹੜਾ ਤੁਹਾਨੂੰ ਢੋਅ ਦੀ ਜ਼ਰੂਰਤ ਪਵੇ ਨੌਜਵਾਨ ਹੋ
ਇਸ ਮਹਿਫਲ ਦੇ ਤੁਹਾਨੂੰ ਉਦੋਂ ਬੈਨੀਫਿਟ ਮਿਲਣਾ ਜਦੋਂ ਅੱਲਾਹ ਦੀ ਬਾਰਗਾਹ ਨਾਲ ਜਾਣਾ, ਅੱਖਾਂ ਬੰਦ ਹੋ ਜਾਣੀਆਂ ਨੇ, ਨਾਮਾ ਮਾਲ ਰੱਬ ਦੇ ਸਾਹਮਣੇ ਪੇਸ਼ ਹੋਣਾ। ਤੇਰੇ ਨਾਮਾ ਮਾਲ 'ਤੇ ਅਗਰ ਇਹ ਲਿਖਿਆ ਗਿਆ ਨਾ, ਇਹ ਬੰਦਾ ਸਾਰੀ ਜ਼ਿੰਦਗੀ ਹਜ਼ੂਰ ਦਾ ਜ਼ਿਕਰ ਕਰਦਾ ਰਿਹਾ। ਮੈਨੂੰ ਇਹਨਾਂ ਨੇ ਕਿਹਾ ਤਕਰੀਰ ਬਿਹਤਰੀਨ ਕਰੋ। ਮੈਂ ਮਹਿਸੂਸ ਕਰ ਰਿਹਾ ਕਿ ਤੁਹਾਡਾ ਮੇਰਾ ਜੋੜ ਨਹੀਂ ਰਲਣਾ, ਤੁਹਾਡੀ ਮੇਰੀ ਗੱਲ ਨਹੀਂ ਰਲਣੀ। ਮੈਂ ਬਹਿ ਗਿਆ ਅਤੇ ਮੈਂ ਚੰਦ ਮਿੰਟ ਕਰਾਂਗਾ, ਤੋ ਜੋ ਮੈਂ ਮਹਿਸੂਸ ਕਰ ਰਿਹਾ ਨਾ ਉਹ ਮੇਰੇ ਵਾਲਾ ਮਜਮਾ ਨਹੀਂ। ਤੁਸੀਂ ਮੌਲਵੀ ਚੈੱਕ ਕਰਦੇ ਹੋ ਅਤੇ ਮੈਂ ਮਜਮਾ ਚੈੱਕ ਕਰਨਾ। ਮੈਂ ਵੀ ਵੇਖਣਾ ਕਿ ਇਹਨਾਂ ਬੰਦਿਆਂ ਨੂੰ ਤਕਰੀਰ ਸੁਣਾਉਣੀ ਹੈ ਕਿ ਨਹੀਂ। ਤੁਹਾਨੂੰ ਹੱਕ ਹੈ ਕਿ ਮੌਲਵੀ ਦਾ ਟੈਸਟ ਲਵੋ, ਸਾਡਾ ਵੀ ਹੱਕ ਹੈ, ਅਸੀਂ ਵੀ ਤੁਹਾਡਾ ਟੈਸਟ ਲਈਏ। ਤੋ ਮੈਂ ਜੋ ਮਹਿਸੂਸ ਕਰ ਰਿਹਾ ਕਿ ਇੱਥੇ ਬਸ ਗੁਜ਼ਾਰਾ ਹੀ ਹੋਵੇਗਾ। ਜਿਤਨੇ ਵੀ ਤੁਸੀਂ ਹਜ਼ਰਾਤ ਬੈਠੇ ਹੋ, ਸਟੇਜ 'ਤੇ ਬੈਠੇ ਹੋ, ਅੱਲਾਹ ਤੁਹਾਡੀ ਹਾਜ਼ਰੀ ਕਬੂਲ ਫਰਮਾਏ। ਇਸ ਮਹਿਫਲੇ ਮਿਲਾਦ ਦਾ ਇੰਤਜ਼ਾਮ ਜਿਹੜੇ ਕਰਨ ਵਾਲੇ ਨੇ, ਮੈਂ ਉਹਨਾਂ ਦੀ ਖਿਦਮਤ ਦੇ ਅੰਦਰ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਤੁਸੀਂ ਨਵਾਂ ਕੰਮ ਨਹੀਂ ਕੀਤਾ, ਹਜ਼ੂਰ ਦੀਆਂ ਮਹਿਫਲਾਂ ਅਜ਼ਲ ਤੋਂ ਸੱਜਦੀਆਂ ਨੇ ਪਈਆਂ। ਰਹਿਣ ਦਿਓ ਨੇ, ਨਾ ਧੱਕਾ ਕਰੋ। ਹੋ ਸਕਦਾ ਇਹਨਾਂ ਦੀ ਜ਼ਨਾਨੀ ਆਖਿਆ ਹੋਵੇ, ਜੇ ਮੌਲਵੀ ਨਾ ਸੁਭਾਨ ਅੱਲਾਹ ਆਖਿਆ ਤਾਂ ਮੈਂ ਬੂਹ ਆਉਂਦਿਆਂ ਕੋ ਨਹੀਂ ਖੋਲਣਾ। ਚਲੋ ਖੈਰ ਸੱਲਾ, ਕੋਈ ਮਸਲਾ ਵੀ ਹੋ ਸਕਦਾ ਇਹਨਾਂ ਨੂੰ। ਹਜ਼ੂਰ ਦੇ ਜ਼ਿਕਰ ਦੀਆਂ ਮਹਿਫਲਾਂ ਅੱਜ ਦੀਆਂ ਨਹੀਂ ਸੱਜਦੀਆਂ ਪਈਆਂ। ਅੱਲਾਹ ਫਰਮਾਇਆ ਵਰਫਾ ਨਾ ਲੱਗਾ ਜ਼ਿਕਰ, ਮਹਬੂਬਾ ਮੈਂ ਤੇਰੇ ਜ਼ਿਕਰ ਨੂੰ ਬੁਲੰਦ ਕਰ ਛੱਡਿਆ। ਅਤੇ ਜਿਹਦੇ ਜ਼ਿਕਰ ਨੂੰ ਅੱਲਾਹ ਬੁਲੰਦ ਕਰੇ, ਦੁਨੀਆਂ ਦਾ ਭਾਵੇਂ ਬਾਦਸ਼ਾਹ ਹੋਵੇ, ਭਾਵੇਂ ਵਜ਼ੀਰ ਹੋਵੇ, ਭਾਵੇਂ ਮਿਨਿਸਟਰ ਹੋਵੇ, ਭਾਵੇਂ ਜਾਬਰ ਸਖਤ ਹੋਵੇ, ਗੌਰਮੈਂਟ ਕੋਲ ਹੋਵੇ, ਅਸਲਾ ਕੋਲ ਹੋਵੇ, ਜੋ ਮਰਜ਼ੀ ਕਰ ਲੈ, ਜਿਹਦਾ ਰੱਬ ਜ਼ਿਕਰ ਬੁਲੰਦ ਕਰ ਛੜੇ, ਕੋਈ ਮਾਈ ਦਾ ਲਾਲ ਉਹਦਾ ਜ਼ਿਕਰ ਖਤਮ ਨਹੀਂ ਕਰ ਸਕਦਾ। ਬੱਚੇ ਚੁੱਪ ਕਰ ਰਵੋ, ਜਿਹਨਾਂ ਨੂੰ ਆਖਿਆ ਮੈਂ ਇਹਨਾਂ ਦਾ ਮੂੰਹ ਵੇਖਣਾ ਕਿ ਇਹਨਾਂ ਵੀ ਆਖਣਾ ਕਿ ਨਹੀਂ, ਤੁਸੀਂ ਚੁੱਪ ਕਰ ਰਵੋ, ਇਹਨਾਂ ਨੂੰ ਮੈਨੂੰ ਵੇਖਣ ਦਿਓ। ਮੁਸ਼ਰਫ ਆਇਆ, ਉਹਨੇ ਕਿਹਾ ਸਪੀਕਰਾਂ 'ਤੇ ਪਾਬੰਦੀ ਲਾ ਦਿਓ, ਮੌਲਵੀਆਂ ਨੂੰ ਫੜ ਲਓ, ਦਫਾ 44 ਲਾ ਦਿਓ, ਇਹ ਜਲਸੇ ਬੰਦ ਕਰ ਦਿਓ, DC ਕੋਲ ਇਜਾਜ਼ਤ ਲਵੋ ਅਤੇ ਫਿਰ ਜਲਸਾ ਹੋਵੇਗਾ। ਮੈਂ ਉਦੋਂ ਵੀ ਜਲਸੇ 'ਚ ਕਿਹਾ, ਮੈਂ ਕਿਹਾ ਤੂੰ ਜਿੰਨਾ ਮਰਜ਼ੀ ਢਿੱਲ ਲਾ ਲੈ, ਹਜ਼ੂਰ ਦੇ ਨਾਰੇ ਵੱਜਦੇ ਹੀ ਰਹਿਣੇ ਨੇ, ਤੂੰ ਜੋ ਮਰਜ਼ੀ ਕਰ ਲੈ। ਮੈਂ ਕਿਹਾ ਜਿੰਨਾ ਮਰਜ਼ੀ ਪਾਬੰਦੀ ਲਾ ਲੈ, ਮੌਲਵੀਆਂ ਨੂੰ ਫੜ ਲੈ, ਖਤੀਬ ਖਤੀਬ ਦਾ ਮੁਕਾਬਲਾ ਕਰ ਸਕਦਾ, ਅਦੀਬ ਅਦੀਬ ਦਾ ਮੁਕਾਬਲਾ ਕਰ ਸਕਦਾ, ਬਾਦਸ਼ਾਹ ਬਾਦਸ਼ਾਹ ਦਾ ਮੁਕਾਬਲਾ ਕਰ ਸਕਦਾ, ਸਦਰ ਸਦਰ ਦਾ ਮੁਕਾਬਲਾ ਕਰ ਸਕਦਾ, ਇਹ ਸਾਰੇ ਇੱਕ ਦੂਜੇ ਦੇ ਜੋੜ ਦੇ ਮੁਕਾਬਲੇ ਕਰ ਸਕਦੇ ਨੇ, ਰੱਬ ਦਾ ਮੁਕਾਬਲਾ ਕਿਹੜਾ ਕਰ ਸਕਦਾ? ਜ਼ਿਕਰ ਤੇ ਰੱਬ ਨੇ ਬੁਲੰਦ ਕਰ ਛੱਡੇ ਨਾ ਮੁਸਲਮਾਨ। ਲੋ ਜੀ, ਸ਼ੁਰੂ ਹੋ ਗਿਆ ਕੰਮ, ਤੇ ਮੇਰਾ ਖਿਆਲ ਇੱਕੋ, ਇਹਨਾਂ ਦੀ ਮੇਰੀ ਸਲਾਹ ਰਲ ਗਈ। ਮੈਂ ਅਰਜ਼ ਕਰਨਾ ਪਿਆ ਕਿ ਜ਼ਰਦਾਰੀ ਆਇਆ, ਉਹਨੇ ਵੀ ਕਿਹਾ ਕਿ ਦਫਾ 44 ਲਾ ਦਿਓ, ਮੌਲਵੀਆਂ ਨੂੰ ਫੜ ਲਿਓ। ਮੈਂ ਕਿਹਾ ਜੋ ਮਰਜ਼ੀ ਕਰ ਲਓ, ਤਾਰੀਖ 'ਚ ਨਾਂ ਲਿਖਿਆ ਜਾਏਗਾ, ਵਫਾਦਾਰਾਂ ਦਾ ਵੀ ਲਿਖਿਆ ਜਾਏਗਾ ਅਤੇ ਗੱਦਾਰਾਂ ਦਾ ਵੀ ਲਿਖਿਆ ਜਾਏਗਾ। ਜਿਨ੍ਹਾਂ ਹਜ਼ੂਰ ਨਾਲ ਵਫਾ ਕੀਤੀ, ਮੀਆਂ ਸਾਹਿਬ ਆਏ, ਨਵਾਜ਼ ਸ਼ਰੀਫ ਸਾਹਿਬ, ਮੈਂ ਉਦੋਂ ਵੀ ਕਹਿੰਦਾ ਸਾਂ ਮੀਆਂ ਸਾਹਿਬ ਸਭ ਕੁਝ ਕਰਿਆ ਜੇ, ਲੇਕਿਨ ਖਤਮੇ ਨਬੂਤ ਨੂੰ ਹੱਥ ਨਾ ਪਾਇਆ ਜੇ, ਨਮੂਸੇ ਰਸਾਲਤ ਦੇ ਉੱਤੇ ਕਿਸੇ ਕਿਸਮ ਦੀ ਜ਼ਰੂਰਤ ਨਾ ਕਰਿਆ ਜੇ, ਕੋਈ ਕਿਸੇ ਕਿਸਮ ਦਾ ਇਸ ਮਸਲੇ ਨੂੰ ਨਾ ਛੇੜਿਆ ਜੇ। ਤੁਹਾਨੂੰ ਪਾਕਿਸਤਾਨੀ ਕੌਮ ਦਾ ਨਹੀਂ ਪਤਾ, ਇਹ ਭਾਵੇਂ ਨੂਨ ਲੀਗ ਹੋਵੇ, ਭਾਵੇਂ ਪੀਪਲ ਪਾਰਟੀ ਹੋਵੇ, ਭਾਵੇਂ PTI ਹੋਵੇ, ਇਹ ਸਾਰੀਆਂ ਪਾਰਟੀਆਂ ਬਾਅਦ 'ਚ ਹੁੰਦੀਆਂ ਜੇ, ਨਬੀ ਦੀ ਪਾਰਟੀ ਪਹਿਲੇ ਹੁੰਦੀ ਜੇ। ਇਹ ਸਾਰੀਆਂ ਪਾਰਟੀਆਂ ਬਾਅਦ 'ਚ ਨੇ, ਪਹਿਲੂ ਹਜ਼ੂਰ ਦੇ ਨੌਕਰ ਨੇ, ਪਹਿਲੇ ਹਜ਼ੂਰ ਦੇ ਗੁਲਾਮ ਨੇ, ਬਾਅਦ 'ਚ ਕਾਫ ਨੂਨ ਲੀਗ ਜਾਮ ਜਿਵੇਂ ਬਾਅਦ 'ਚ ਗੱਲਾਂ ਨੇ। ਮੈਂ ਕਹਿੰਦਾ ਫਿਰ ਕੀ ਹੋਇਆ, ਮੀਆਂ ਸਾਹਿਬ ਨੇ ਮੇਰੀ ਗੱਲ ਨਾ ਮੰਨੀ, ਫਿਰ ਲਾਹੌਰ ਭਾਵੇਂ ਵਜ਼ੀਰ ਆਜ਼ਮ ਹੋਵੇ ਅਤੇ ਭਾਵੇਂ ਵਜ਼ੀਰ ਆਜ਼ਮ ਹੋਵੇ, ਜੋ ਮਰਜ਼ੀ ਹੋਵੇ, ਜਿੱਡੀ ਮਰਜ਼ੀ ਉੱਚੀ ਸੀਟ 'ਤੇ ਬੈਠਾ ਹੋਵੇ, ਜਿਹੜਾ ਨਬੀ ਨਾਲ ਗੱਦਾਰੀ ਕਰੇ ਅਤੇ ਲਾਹੌਰ ਜਾਮਿਆ ਨਵੀਆਂ ਉਹਦੇ ਮੂੰਹ 'ਤੇ ਜੁੱਤੀ ਵੱਜਦੀ ਏ, ਅਤੇ ਜਿਹੜਾ ਨਬੀ ਦਾ ਵਫ਼ਾਦਾਰ ਹੋਵੇ, ਭਾਵੇਂ ਕਾਂਸਟੇਬਲ ਹੋਵੇ, 60 ਲੱਖ ਬੰਦਾ ਉਹਦਾ ਜਨਾਜ਼ਾ ਪੜ੍ਹਨ ਵਾਸਤੇ ਚਲਾ ਜਾਂਦਾ, ਕਾਹਦੇ ਵਾਸਤੇ? ਜ਼ਿੰਦਗੀ ਹਕੀਕਤ ਮੇਂ ਬਸ ਉਸੀ ਨੇ ਪਾਈ ਹੈ, ਮੁਸਤਫਾ ਕੇ ਕਦਮੋਂ ਮੇਂ ਮੌਤ ਜਿਸ ਕੋ ਆਈ ਹੈ। ਜਿਹੜਾ ਜਿਹੜਾ ਹਜ਼ੂਰ ਨਾਲ ਲੱਗ ਗਿਆ ਨਾ, ਹਜ਼ੂਰ ਦੇ ਜ਼ਿਕਰ ਦੇ ਨਾਲ ਜਿਹੜਾ ਜੁੜ ਗਿਆ, ਹੁਣ ਤੁਹਾਡੇ ਇੱਥੇ ਜਲਸੇ ਦੇ ਅੰਦਰ ਭਾਵੇਂ ਕੋਈ MP ਹੋਵੇ, ਭਾਵੇਂ ਕੋਈ MLA ਹੋਵੇ, ਭਾਵੇਂ ਕੋਈ ਵਜ਼ੀਰ ਹੋਵੇ, ਲੇਕਿਨ ਜਦੋਂ ਮਹਿਮਾਨੇ ਖਸੂਸੀ ਹੋਵੇ, ਆ ਜੇ ਇੱਥੇ ਪਵੇਗਾ, ਥੱਲੇ ਪਵੇਗਾ, ਜਿਹਨੇ ਜ਼ਿਕਰ ਰਸੂਲ ਕਰਨਾ ਮਿੰਬਰ 'ਤੇ ਪਵੇਗਾ, ਵਜ਼ੀਰ ਵੀ ਪਵੇ ਆ ਜੇ ਥੱਲੇ ਪਵੇਗਾ, ਜਿਹਨੇ ਹਜ਼ੂਰ ਦਾ ਜ਼ਿਕਰ ਕਰਨਾ
تے میرے پیر و مرشد پیر سید محمد مذر جی انشاء سا مشہدی رحمت اللہ علیہ آپ فرمانے ہوں سرکاری صاحب لوکاں نوں دسیا کرو کہ صرف رب نے حضور دا ذکر ہی نہیں بلند کیتا جیڑا ذکر کرے رب اونوں بھی بلند کر چھڑدا ہے امام بخاری نوں کوئی نہیں سی جاندا حضرات نبی کریم صلی اللہ علیہ وآلہ وسلم دی وجہ دے اُتوں انہاں نوں عزتاں ملیاں نے انہاں نوں شاناں ملیاں نے جیڑا جیڑا پھر کی ہویا کہ وارا فال اللہ کا ذکر محبوبہ تیرے ذکر نوں بلند کر چھڑیا ہے تے اس طرح اللہ تعالی نے اختیار دے چھڑیا حضور علیہ الصلوۃ والسلام نو وارا فال اللہ کا ذکر کہ تیرا ذکر جیڑا بلند ہو گیا ہے کس طرح بلند ہو گیا ہے ہن جنوں بھی عزت ملنی ہے درے مصطفیٰ تو ملنی ہے جیڑا حضور دی بارگاہ چاہے گا عزت صرف وہ دی ہوئے گی جیڑا نبی دی نموس رسالت دے پہرا دے گا عزت صرف وہ دی ہوئے گی جیڑا نبی دی ختم نبوت دا وفادار ہوئے گا عزت صرف وہ دی ہوئے گی اے دا مطلب اے وے کہ جیڑا جیڑا حضور دے قریب ہو گیا رب نے اونوں شانہ عطا فرما چھڑیاں اس واسطے سانوں نہیں سی پتا ہن محبت دوڑے کوئی بندے کہندے نے فلاں دی سچی محبت فلاں دی سچی محبت ہیر رانجے نے پیار کیتا سونی میوال نے کیتا لیلا مجنو نے کیتا میں کہ انہاں محبتاں دا میں تے قائل نہیں تے نہ میں انہاں محبتاں دے ذکر کرنا جیڑا دنیا دے اتے فانی یار یار نہ محبت کرے کوئی جیڑا دریا چ غرق ہو گیا کوئی ٹپیاں دے اتے غرق ہو گیا انہاں دا میں محبت نہیں مندا محبت ہوئے جیڑی مدینے والے نال ہے جنہیں دنیا نال پیار کیتا ہے کوئی لیلا مجنو سونی میوال رانجھا بنیا ہے جنہ مدینے والے نال پیار کیتا ہے کوئی داتا حجویری بنیا ہے کوئی سلطان باہو بنیا ہے کوئی بابا فرید بنیا ہے کوئی مہر علی بنیا ہے کوئی پیر لسانی بنیا ہے اس واسطے محبت جیڑا حضور نال لگے گا عزت صرف اودی ہوے گی ورفا اللہ کا ذکر محبوبہ تیرے ذکر نو میں بلند کر چھڑیا ہے اس ذمہ رب نے اپنے ذمہ لیا ہے اس وجہ دے اُتوں جدوں جڑا میلاد نیڑے آؤں تے مولوی سپیکر کھول دے میں اے کتھے لکھے ہے مینوں بھی گجراوالے ایک بندہ کہندا جی ساڈا مولوی آندا اے کتھے لکھے ہے میں کہ اپنے مولوی نو کہہ لکھ کے دے کے کام صرف وہی کرنا جڑا کتنے لکھیا ہونا ہے پتر لائی ٹیلا مسیطے پھر وہاں کتے لکھے ہے ٹیلا لانیا چاہیے نے کتے لکھے ہے اے سی لانا چاہیے کتے لکھے ہے کہ سونے تقریر کرنی چاہیے کتے لکھے ہے کہ سیرے دے جلسے کرنے چاہیے نے میں کہ سب کچھ وہا صرف جیو نہ میلاد منایا جیو نہ انج کیتا او میں کہ چلیا کیڑی گل کہندا جیو نہ چڑیا لائیا میں کہ قرآن لکھن واسطے ورق انہاں کول سی چڑیا کتھوں لگدیاں انہاں کول قرآن لکھن واسطے انہاں چنڈے لائے میں کہ کفن واسطے پورے کپڑا نہیں سی لبدا دفن ہو لگیا پورا کفن نہیں سی لبدا تے چنڈا جڑا بینر پنج گز دا کتھوں لاندے انہاں کہ پھر میں کہ جیڑا اس ویلے جنی کو خوشی کرنی چاہیے سی نبی دے یاراں نے خوشی کیتی ایک کملی والا آیا جی ادو کسی ٹریکٹر ٹرالی تے جلوس کٹیا میں کہ ادو ٹریکٹر انی دے ایسی جی ہر گل کیا کتھے لیے میں کہ ادو ٹریکٹر ایسی اے نہیں میں کہ 1-2-5 ایسی اندے نہیں میں کہ 70 کہندے نہیں یا ماں نہیں تے میں کہ پھر تینو مسئلہ کی میں کہ مولوی فضل الرحمان دے مارچ تے چنڈے چکے تے فتوی نہیں میں کہ تیرے مولوی ڈیزل دے اُتے مارج دے چنڈے چکے تے فتوی کوئی نہیں نعرے مارے تے فتوی کوئی نہیں تے کمڑی والے دے غلام نبی دے آن دے چنڈے چکن دے آکھن کتے لے ہے میرا پھر جواب یہی ہے کہ جو کسے دا عاشق ہوئے گلوں سے دی کردا جو کسے دا عاشق ہوئے نعرے حیدری نعرہ تحقیق بولو نعرہ تحقیق مسئلے کے حق اہل سنت والجماعت میں یہ پیش کرنا کچھ دیر پہلے میاں نواز شریف گجرانوالے آیا
ਔਰ ਉਹਦੀ ਪਾਰਟੀ ਨੇ ਚਾਹ ਕੀਤਾ, ਝੰਡੇ ਲਾਏ, ਬੈਨਰ ਲਾਏ, ਜੀ ਆਇਆਂ ਨੂੰ, ਮੀਆਂ ਸਾਹਿਬ ਆ ਰਹੇ ਨੇ, ਮੀਆਂ ਸਾਹਿਬ ਆ ਰਹੇ ਨੇ, ਅੱਗੇ ਅੱਗੇ ਐਡੀਆਂ ਐਡੀਆਂ ਦਾੜੀਆਂ ਮੌਲਵੀਆਂ ਦੀਆਂ ਸ਼ਲਵਾਰਾਂ ਟੁੰਗੀਆਂ, ਮੀਆਂ ਸਾਹਿਬ ਆ ਰਹੇ ਨੇ ਜੀ, ਆਓ ਮੀਆਂ ਸਾਹਿਬ ਆ ਰਹੇ ਨੇ, ਇਸਤਕਬਾਲ ਕਰਨ ਚੱਲੀਏ। ਉਹ ਹੁਣ ਨੂਨ ਲੀਗ ਵਾਲਿਆਂ ਜਿਹੜੇ ਪੀਪਲ ਪਾਰਟੀ ਵਾਲਿਆਂ ਨੂੰ ਆਖਣ, ਤਰੀਕੇ ਇਨਸਾਫ ਵਾਲਿਆਂ ਨੂੰ ਆਖਣ, ਉਹ ਮੀਆਂ ਸਾਹਿਬ ਆ ਰਹੇ ਜੀ, ਆਓ ਇਸਤਕਬਾਲ ਕਰਨ ਚੱਲੀਏ। ਉਹਨੇ ਕਹਿਣਾ ਸਾਡਾ ਦਿਮਾਗ ਖਰਾਬ ਹੈ, ਲੀਡਰ ਤੁਹਾਡਾ ਹੈ, ਚਾਹ ਤੁਸੀਂ ਕਰੋ, ਨਾਰੇ ਤੁਸੀਂ ਮਾਰੋ, ਜਿੱਦਣ ਸਾਡਾ ਇਮਰਾਨ ਖਾਂ ਆਵੇਗਾ ਅਸੀਂ ਵੀ ਜਲੂਸ ਕੱਢਾਂਗੇ, ਜਿੱਦਣ ਸਾਡਾ ਬਲਾਵਲ ਆਵੇਗਾ ਅਸੀਂ ਵੀ ਜਲੂਸ ਕੱਢਾਂਗੇ। ਮੈਂ ਕਿਹਾ ਪੁੱਤਰ ਜਿਹਦਾ ਲੀਡਰ ਆਵੇ ਚਾਹ ਵੀ ਉਹਨੂੰ ਚੜ੍ਹਦਾ, ਨਬੀ ਸਾਡਾ ਹੈ, ਨਾਰੇ ਵੀ ਦੇਸਾਂ ਮਾਰਦੇ। ਜਿਹਦਾ ਲੀਡਰ ਆਵੇ, ਜਿਹਦਾ ਕਾਇਦ ਆਵੇ, ਚਾਹ ਵੀ ਉਹਨੂੰ ਚੜ੍ਹਦਾ ਨਾ। ਮੈਂ ਕਿਹਾ ਤੁਹਾਡਾ ਕੀ ਥੱਲੇ ਕੇ, ਰੱਬ ਨੇ ਇਹਸਾਨ ਕੀਤਾ ਮੋਮਨਾ ਤੇ ਖੁਸ਼ੀ ਉਹਨੇ ਮਨਾਉਣੀ ਹੈ ਜਿਹਦੇ ਵਿੱਚ ਇਮਾਨ ਹੈ। ਬੋਲੋ ਜ਼ਰਾ ਸਾਰੇ, ਜਿਹਦੇ ਵਿੱਚ ਇਮਾਨ ਹੈ ਤੇ ਖੁਸ਼ੀ ਦਾ ਇਜ਼ਹਾਰ ਹੈ, ਜਿਹਦਾ ਤੁਸੀਂ ਆਪਣੀ ਮਸਜਿਦ ਸਜਾਈਏ। ਅੱਲਾ ਫਰਮਾਇਆ ਬਰਫਾਨ ਅੱਲਾ ਕਾ ਜ਼ਿਕਰ, ਮਹਬੂਬਾ ਤੇਰੇ ਜ਼ਿਕਰ ਨੂੰ ਅਸਾਂ ਬੁਲੰਦ ਕਰ ਛੜਿਆ ਹੈ, ਜਿਹੜਾ ਜਿਹੜਾ ਤੇਰੇ ਕਰੀਬ ਹੋ ਗਿਆ। ਹੁਣ ਹਜ਼ਰਤ ਇਮਾਮ ਹਸਨ, ਇਮਾਮ ਹਸਨ ਆਪਣੇ, ਮੈਂ ਤੁਹਾਨੂੰ ਦੱਸਣ ਲੱਗਾ ਕਿ ਮੈਂ ਫਿਲਹਾਲ ਸੱਜਦੀਆਂ ਨਹੀਂ ਸੱਜਦੀਆਂ ਪਈਆਂ। ਇਮਾਮ ਹਸਨ ਆਪਣੇ, ਇਹਨੂੰ ਚੁੱਪ ਕਰਾਓ, ਅੱਬੂ ਨੂੰ ਕਹਿੰਦੇ ਨੇ ਹਜ਼ਰਤ ਮੌਲਾ ਅਲੀ ਨੂੰ ਕਿ ਕੋਈ ਹਜ਼ੂਰ ਦੇ ਗੱਲ ਸੁਣਾਓ, ਕੋਈ ਹਜ਼ੂਰ ਦਾ ਫਜ਼ਾਇਲ, ਇਹੀ ਤਾਂ ਜ਼ਿਕਰ ਮੁਸਤਫਾ ਹੈ ਨਾ। ਮੈਨੂੰ ਅੱਜ ਇਹਨਾਂ ਸਦੀਕੀ ਸਾਹਿਬ ਨੇ ਬੁਲਾਇਆ ਜੀ, ਆਓ ਸਾਨੂੰ ਆ ਕੇ ਸਾਨੂੰ ਹਜ਼ੂਰ ਦੀਆਂ ਗੱਲਾਂ ਸੁਣਾਓ, ਹਜ਼ੂਰ ਦਾ ਜ਼ਿਕਰ ਸੁਣਾਓ, ਇਹੀ ਜ਼ਿਕਰ ਮੁਸਤਫਾ ਬਰਫਾਨ ਅਲੱਗ ਜ਼ਿਕਰ। ਹੁਣ ਹਜ਼ਰਤ ਇਮਾਮ ਹਸਨ ਆਪਣੇ ਵਾਲਦ ਸਾਹਿਬ ਹਜ਼ਰਤ ਮੌਲਾ ਅਲੀ ਨੂੰ ਕਹਿੰਦੇ ਨੇ ਕਿ ਤੂੰ ਹਜ਼ੂਰ ਦੀ ਸ਼ਾਨ ਦੀ ਗੱਲ ਸੁਣਾਓ, ਤੇ ਹਜ਼ਰਤ ਮੌਲਾ ਅਲੀ ਕਹਿੰਦੇ ਨੇ ਹਸਨ ਕੀ ਦੱਸਾਂ, ਹਰ ਪਾਸੇ ਨਬੀ ਦੀਆਂ ਸ਼ਾਨਾਂ ਹੀ ਸ਼ਾਨਾਂ ਸਨ। ਮੈਂ ਤੇ ਕਹਿੰਦਾ ਹੁੰਦਾ ਵਾ ਹਰ ਪਾਸੇ ਪਈਆਂ ਦੁਹਾਈਆਂ ਤੇਰੇ ਨਾਂ ਦੀਆਂ, ਆਖੋ ਹਰ ਪਾਸੇ ਪਈਆਂ ਦੁਹਾਈਆਂ ਤੇਰੇ, ਮੇਰੇ ਵੱਲ ਵੇਖ, ਹਰ ਪਾਸੇ ਪਈਆਂ ਦੁਹਾਈਆਂ ਤੇਰੇ ਨਾਂ, ਅਰਸ਼ ਫਰਸ਼ ਉੱਤੇ ਰੁਸ਼ਨਾਈਆਂ ਤੇਰੇ ਨਾਦੀਆਂ, ਅਰਸ਼ ਫਰਸ਼ ਉੱਤੇ ਰੁਸ਼ਨਾਈਆਂ ਤੇਰੇ ਨਾਦੀਆਂ, ਆਖੋ ਹਰ ਪਾਸੇ ਪਈਆਂ ਦੁਹਾਈਆਂ, ਇਕੋ ਨਾ ਕਰ, ਹਰ ਪਾਸੇ ਪਈਆਂ ਦੁਹਾਈਆਂ ਤੇਰੇ ਨਾਂ, ਨਾਮ ਤੇਰਾ ਲਿਆਂ ਟਲ ਜਾਂਦੀਆਂ ਬਲਾਵਾਂ, ਏ ਮੌਲਾ ਤੇਰੇ ਨਾਂ ਦੇ ਵਿੱਚ ਰੱਖੀਆਂ ਸ਼ਫਾਵਾਂ, ਏ ਸ਼ਾਨਾ ਮੇਰੇ ਅੱਲਾ ਨੇ ਵਧਾਈਆਂ ਤੇਰੇ ਨਾਂ ਦੀਆਂ, ਓ ਸ਼ਾਨਾ ਮੇਰੇ ਵਧਾਈਆਂ ਤੇਰੇ ਨਾਂ ਦੀਆਂ, ਆਖੋ ਹਰ ਪਾਸੇ ਹੁਣ ਹਜ਼ਰਤ ਮੌਲਾ ਅਲੀ ਕਹਿਣ ਲੱਗੇ, ਮੈਂ ਜਿੱਧਰ ਵੇਂਦਾ ਹਜ਼ੂਰ ਦੀਆਂ ਸ਼ਾਨਾਂ ਹੀ ਨਜ਼ਰ ਆਉਂਦੀਆਂ ਸਨ। ਤੇ ਹਜ਼ਰਤ ਇਮਾਮ ਹਸਨ ਕਹਿੰਦੇ ਨੇ ਚਲੋ ਕੋ ਮੈਨੂੰ ਵੀ ਸੁਣਾਓ, ਤੇ ਹਜ਼ਰਤ ਮੌਲਾ ਅਲੀ ਗੱਲ ਸੁਣਾਉਣ ਲੱਗ ਪਏ ਆਪਣੇ ਬੇਟੇ ਇਮਾਮ ਹਸਨ ਨੂੰ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਪਿਆਰ ਕਰਨ ਵਾਲਿਓ, ਮੌਲਾ ਅਲੀ ਕਹਿਣ ਲੱਗੇ ਇੱਕ ਜੰਗ ਤੋਂ ਵਾਪਸ ਆ ਰਿਹਾ, ਰਸਤੇ ਦੇ ਅੰਦਰ ਇੱਕ ਲੰਮੇ ਜੇ ਕੱਦ ਵਾਲਾ ਮੈਂ ਬੰਦਾ ਵੇਖਿਆ ਏ, ਆ ਕੇ ਕਹਿਣ ਲੱਗਾ ਅਸਲਾਮੁ ਅਲੈਕੁਮ ਯਾ ਰਸੂਲ ਅੱਲਾਹ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਦੇ ਅੰਦਰ ਕਹਿਣ ਲੱਗਾ ਸੋਹਣਿਆ, ਇਹ ਤੁਹਾਡੇ ਤੇ ਸਲਾਮ ਹੋਵੇ। ਮੇਰੇ ਨਬੀ ਨੇ ਸਲਾਮ ਦਾ ਜਵਾਬ ਦਿੱਤਾ, ਕੌਣ, ਕਿੱਥੋਂ ਆਇਆ ਏ? ਕਹਿੰਦਾ ਮੈਂ ਮੂਸਾ ਕਲੀਮੁੱਲਾ ਦਾ ਕਲਮਾ ਪੜਨ ਵਾਲਾ, ਮੈਂ ਮੂਸਾ ਕਲੀਮੁੱਲਾ ਦਾ ਉਮਤੀ ਆ। ਹਜ਼ੂਰ ਕਹਿਣ ਲੱਗੇ ਏਡੀ ਲੰਮੀ ਉਮਰ ਦੀ ਵਜ੍ਹਾ ਕੀ ਏ? ਕਹਿ ਲੱਗਾ ਸੋਹਣਿਆ, ਇੱਕ ਦਿਨ ਮੈਂ ਹਜ਼ਰਤ ਮੂਸਾ ਕਲੀਮੁੱਲਾ ਕੋਲੋਂ ਤੁਹਾਡੇ ਹੁਸਨ ਦਾ ਜ਼ਿਕਰ ਸੁਣਿਆ ਏ, ਨਬੀ ਆ ਰਹੇ ਨੇ, ਨਬੀ ਆ ਰਹੇ ਨੇ, ਜਿਸ ਵੇਲੇ ਆਖਰੀ ਨਬੀ ਆਵੇਗਾ ਏਡੇ ਸੋਹਣੇ ਹੋਣਗੇ, ਗਲੀਆਂ ਵਿੱਚ ਚੱਲਣਗੇ, ਚਿਹਰੇ ਵਿੱਚ ਨੂਰ ਦੀਆਂ ਲਾਟਾਂ ਨਿਕਲਣਗੀਆਂ।
نور دیا لٹا نکل دیا او نبی دی اکھ بڑی سونی ہوئے گی اس نبی دی زلف بڑی سونی ہوئے گی او غریباں دے سر تے ہتھ رکھن والا نبی ہوئے گا یتیماں نوں سینے نال لان والا نبی ہوئے گا اے سنیا جدوں میں تہاڈا ذکر سنیا میرے دل وچ محبت پہ گئی میں ہاتھ چوکیا آکھیا مولا او نیدر موت نہ آوے جنی در تیرا حبیب دی تھی اللہ اکبر او نیدر جڑی موت نہ آوے جنی در حضور دی دید نہ آوے اللہ کرے سانو بھی جڑا مرن تو پہلا خواب دی اندر درود شریف پڑھیا کرو سونے دی زیارت ہوے گی نالے دعا کریا کرو آکھیا کرو در پہ بلا مکی مدنی جلوہ دکھا مکی مدنی مل کے سارے آنکھو در پہ بلا مکی مدنی جلوہ دکھا مکی مدنی دید تیری ہے عید میری اے دید کرا مکی مدنی جلوہ دکھا نبی کریم صلی اللہ علیہ وسلم کہنے لگا سونے میرے دل میں خیال آیا مولا یو نیدر موت نہ آیا وے جن نیدر تیرے حبیب دی دید نہ ہوئے موسیٰ کلیم اللہ دے بعد یوسف نون جڑے نے سی انہاں دے لشکر دے اندر شامل ہو گئے ایک شہر دے اُتے حملہ کیتا یہ حضرت یوسف علیہ السلام نے ہتھ وچ جھنڈے پھڑے ہوئے سن انہاں جھنڈیاں نوں شہر دے اُتے اساں کڈ چھڑیا ادھروں جڑی ہوا چلیے جدو ہوا چلیے انہاں جھنڈیاں نے ہلنا شروع کر دیتا اے سونیا میں حیران انہاں جھنڈیاں وچوں تواڈے تے درود پڑھن دیا آوازاں بھی آئے ہوں گی درود پڑھن دی آواز آ رہی نے میرے دل وچ ہور محبت پیدا ہو گئی میں کہا ویکھنا ضرور ہے ویکھنا ضرور ہے حضرت مولا نے کہن لگے حسن اسی بڑی حیران کی دے نال دی گلاں پہ سن لے اسی اپنی نبی دی شان سن لے ساڈے چہرے پہ کھل دے نے ساڈے نبی ورگا نبی ہے ہی کوئی نہیں چلو رام رام نہ تقریر کر لینے ہیں انج بھی تے سمجھ آئی جاندی ہے کڑی کو ویلنے چ بھائی حضور دا ذکر سن کے چہرہ کھل جانا ایمان دی علامت ہے انتظامیہ لینا منڈیاں نوں اندر کنٹرول کرو حضور دا ذکر سن کے چہرہ کھلنا ایمان دی علامت مطلب حضور دا ذکر ہوئے دل چ گٹن محسوس ہوئے تے منافقت ہے تے دل خوش ہوئے کی شان ہے ساڈے نبی دی بیٹھ جاتا نہیں کی شان ہے ساڈے نبی دی تے حضرت مولا علی کہن لگے سی خوش ہو رہے ہیں کہ مولا کتنا اللہ محبوب عطا فرمائے تے کہندے نے او گلاں کردیاں کردیاں کہن لگا ایک میں درخت دے تھلے بیٹھا سا او درخت نے بھی مینوں آکھیا سی کہ جے تیری حضور نہ ملاقات ہو جائے نا تے میرا بھی سلام دے دے جے تیری حضور نہ ملاقات ہو جائے تے میرا بھی سلام دے دے نبی کریم صلی اللہ علیہ وآلہ وسلم دی بارگاہ اندر کہنے لگا واللہ دی زلفاں والیا او درخت نے مینوں آکھیا وے جے سونے نوں ملیا تے میرا بھی سلام دے پتہ کو نہیں پہ لگدا میرا بھی سلام دے دئی نبی کریم صلی اللہ علیہ وآلہ وسلم نے جس ویلے رب دی بارگاہ اندر کہ اس مولا میں درخت جڑا ویکھنا چاہنا جبریل امین حاضر ہو گئے کہہ لگے سنیا
ਤੁਸੀਂ ਉਸ ਦਰਖਤ ਨੂੰ ਬੁਲਾਓ, ਹੁਣੇ ਉਹ ਦਰਖਤ ਵੱਡੀ ਬਾਰਗਾਹ ਵਿੱਚ ਹਾਜ਼ਰ ਹੋ ਜਾਏਗਾ, ਹਾਜ਼ਰ ਹੋ ਜਾਏਗਾ। ਜਿਸ ਵੇਲੇ ਜਬਰੀਲ ਅਮੀਨ ਨੇ ਉੱਥੇ ਰੱਖ ਨੂੰ ਕਿਹਾ, ਚੱਲ ਤੈਨੂੰ ਹਜ਼ੂਰ ਪੈ ਬੁਲਾਉਂਦੇ ਨੇ, ਤੁਸੀਂ ਜੇ ਬੁਲਾਓ ਅੱਖਾਂ ਰੁੱਖ ਤੁਰ ਪੈਂਦੇ, ਮੁੱਠੀਆਂ ਵਿੱਚ ਰੋੜ ਵੀ ਦਰੂਦ ਪੜ ਲੈਂਦੇ। ਉਹ ਤੇਰੇ ਗਿਣੀ ਗਿਣੀ ਦੱਸਾਂ ਕੀ ਕਮਾਲ ਸੋਹਣਿਆ, ਉਹ ਤੇਰੇ ਗਿਣੀ ਗਿਣੀ ਦੱਸਾਂ ਕੀ ਕਮਾਲ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਸ ਵੇਲੇ ਉਹ ਦਰਖਤ ਨੂੰ ਬੁਲਾਇਆ, ਉਹ ਦਰਖਤ ਇਮਾਮ ਅਲੰਬੀਆ ਦੀ ਬਾਰਗਾਹ ਦੇ ਅੰਦਰ ਹਾਜ਼ਰ ਹੋਇਆ। ਅੱਗੇ ਕਹਿਣ ਲੱਗਾ, ਅਸਲਾਮੁ ਅਲੈਕੁਮ ਯਾ ਰਸੂਲ ਅੱਲਾ, ਇਹ ਸੁਣਿਆ ਤੁਹਾਡੇ ਤੇ ਸਲਾਮ ਹੋਵੇ। ਆਦਮ ਅਲੈਹਿਸਲਾਮ ਵੀ ਮੇਰੀ ਛਾਵੇਂ ਬੈਠੇ ਨੇ, ਨੂਹ ਅਲੈਹਿਸਲਾਮ ਵੀ ਮੇਰੀ ਛਾਵੇਂ ਬੈਠੇ ਨੇ, ਇਬਰਾਹੀਮ ਵੀ ਮੇਰੀ ਛਾਵੇਂ ਬੈਠੇ ਨੇ, ਇਹ ਸੁਣਿਆ ਹਰ ਨਬੀ ਮੇਰੀ ਛਾਵੇਂ ਬੈਠਾ ਹੈ, ਹਰ ਨਬੀ ਨੇ ਤੇਰਾ ਜ਼ਿਕਰ ਕੀਤਾ ਹੈ। ਸੋਹਣਾ ਯਾਰ ਆਏ, ਸੋਹਣਾ ਯਾਰ, ਸੋਹਣਾ ਯਾਰ ਆਏ, ਬੱਲੇ ਦੀਆਂ ਜ਼ੁਲਫਾਂ ਵਾਲਾ ਮਹਿਬੂਬ ਆ ਰਿਹਾ ਹੈ। ਮੇਰਾ ਵੀ ਦਿਲ ਕੀਤਾ ਮੈਂ ਵੇਖਾਂ ਤੇ ਸਹੀ, ਜਿਹਦੇ ਸਾਰੇ ਨਬੀ ਇੰਤਜ਼ਾਰ ਪੈ ਕਰਦੇ ਨੇ, ਉਹ ਨਬੀ ਕਿੱਡਾ ਸੋਹਣਾ ਹੋਏ, ਨਬੀ ਜਿਹੜਾ ਕਿੱਡਾ ਸੋਹਣਾ ਹੋਵੇਗਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਦਰਖਤ ਤੇ ਛਾਤੀ ਮਾਰੀ ਹੈ, ਪੱਤੇ ਬੜੇ ਸੋਹਣੇ ਨੇ, ਉੱਤੇ ਜਿਹੜੇ ਨੇ ਕੁਝ ਨਾਂ ਲਿਖੇ ਹੋਏ ਨੇ। ਮੇਰੇ ਨਬੀ ਕਹਿੰਦੇ ਨੇ, ਪੱਤਿਆਂ ਤੇ ਨਾਂ ਕਿਹਦੇ ਲਿਖੇ ਹੋਏ ਨੇ? ਇਹ ਸੋਹਣਿਆ ਤੁਹਾਡੇ ਉਹਨਾਂ ਉਮਤੀਆਂ ਦੇ ਨਾਂ ਲਿਖੇ ਨੇ ਜਿਹੜੇ ਕਰਮੀਆਂ ਦੇ ਅੰਦਰ ਰੋਜ਼ੇ ਵੀ ਰੱਖਣਗੇ, ਨਮਾਜ਼ਾਂ ਵੀ ਪੜ੍ਹਨਗੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਵੇਖਿਆ ਏ, ਇਮਾਨ ਵਾਲਿਓ, ਹਜ਼ੂਰ ਸਲਾਤੋ ਸਲਾਮ ਨੇ ਆਪਣੀ ਉਮਤ ਨੂੰ ਖੁਸ਼ਖਬਰੀ ਦਿੱਤੀ ਏ, ਰਮਜ਼ਾਨ ਦੇ ਮਹੀਨੇ ਦੇ ਅੰਦਰ ਜਿਹੜਾ ਵੀ ਇਹ ਮੇਰਾ ਉਮਤੀ ਨਮਾਜ਼ ਪੜ੍ਹੇਗਾ, ਮੇਰਾ ਉਮਤੀ ਜਿਹੜਾ ਰੋਜ਼ਾ ਸਖਤ ਗਰਮੀ ਦੇ ਅੰਦਰ ਰੱਖੇਗਾ, ਰੱਬ ਦੇ ਉਹਨੂੰ ਜੰਨਤ ਦੇ ਅੰਦਰ ਅੱਲਾ ਮੁਕਾਮ ਅਤਾ ਫਰਮਾਏਗਾ। ਹਜ਼ੂਰ ਨੇ ਇਸ਼ਾਰਾ ਕੀਤਾ, ਦਰਖਤ ਜਿਹੜਾ ਵਾਪਸ ਚਲਾ ਗਿਆ ਏ। ਹਜ਼ਰਾਤ ਸੁਣਾਉਣ ਵਾਲੇ ਅਲੀ ਨੇ, ਇਹ ਸੁਣਨ ਵਾਲੇ ਇਮਾਮੇ ਹਸਨ ਨੇ, ਪਰਵਰਦੀਗਾਰ ਨੇ ਨਾਲ ਫਰਮਾਇਆ, ਅੱਲਾ ਫਰਮਾਇਆ, ਵਾਲਾ ਬਾਨਾ ਲਗਾ ਜ਼ਿਕਰ ਕੀ, ਮੈਂ ਸੋਹਣਿਆ ਅਸਾਂ ਤੇਰੇ ਜ਼ਿਕਰ ਨੂੰ ਬੁਲੰਦ ਕਰ ਛੜਿਆ ਏ। ਹਜ਼ਰਾਤ ਆਦਮ ਅਲੈਹਿਸਲਾਮ ਦੀ ਬੜੀ ਸ਼ਾਨ, ਨੂਹ ਅਲੈਹਿਸਲਾਮ ਦੀ ਬੜੀ ਸ਼ਾਨ, ਈਸਾ ਅਲੈਹਿਸਲਾਮ ਦੀ ਬੜੀ ਸ਼ਾਨ, ਮੂਸਾ ਦੀ ਬੜੀ ਸ਼ਾਨ, ਲੇਕਿਨ ਕਿਸੇ ਦੀ ਰੱਬ ਨੇ ਉਮਰ ਦੀ ਕਸਮ ਨਹੀਂ ਉਠਾਈ। ਰੱਬ ਨੇ ਨਹੀਂ ਕਿਹਾ, ਲੋਗੋ ਮੈਨੂੰ ਈਸਾ ਦੀ ਕਸਮ ਏ, ਮੈਨੂੰ ਮੂਸਾ ਦੀ ਕਸਮ ਏ, ਮੈਨੂੰ ਇਬਰਾਹੀਮ ਦੀ ਕਸਮ ਏ, ਮੈਨੂੰ ਦਾਊਦ ਦੀ ਕਸਮ ਏ, ਮੈਨੂੰ ਸੁਲੇਮਾਨ ਦੀ ਕਸਮ ਏ, ਜਦੋਂ ਸਾਡੇ ਨਬੀ ਦੀ ਵਾਰੀ ਆ ਗਈ, ਅੱਲਾ ਫਰਮਾਇਆ ਲਾ ਉਕਸਿਮੁ ਬਿਹਾਜ਼ਲ ਬਲਦ, ਉਹ ਸ਼ਹਿਰ ਦੀ ਕਸਮ ਏ ਜਿੱਥੇ ਸੋਨੇ ਦੀਆਂ ਤਲੀਆਂ ਲੱਗੀਆਂ। ਉਹ ਸ਼ਹਿਰ ਦੀ ਕਸਮ ਹੈ ਜਿੱਥੇ ਮਹਿਬੂਬ ਦੀਆਂ ਤਲੀਆਂ ਲੱਗੀਆਂ ਨੇ। ਬੋਲੋ 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 ਜ਼ਰਾ ਸੁਭਾਨ ਅੱਲਾਹ। ਉਹ ਸ਼ਹਿਰ ਦੀ ਕਸਮ ਏ ਕਿਸੇ ਵੀ ਨਬੀ ਦੀ ਰੱਬ ਨੇ ਉਮਰ ਦੀ ਕਸਮ ਨਹੀਂ ਉਠਾਈ। ਇਧਰੋਂ ਹਜ਼ੂਰ ਦੀ ਵਾਰੀ ਆ ਗਈ, ਲਮਰੁਖ ਇਹ ਸੁਣਿਆ ਤੇਰੀ ਉਮਰ ਦੀ ਕਸਮ ਏ ਬਦੋ ਹੈ, ਵੱਲੈਲੀ ਦਾ ਸਜਾ ਤੇਰੀ ਜ਼ੁਲਫਾਂ ਦੀ ਵੀ ਕਸਮ ਏ, ਤੇਰੇ ਚਿਹਰੇ ਦੀ ਵੀ ਕਸਮ ਏ। ਅੱਲਾ ਫਰਮਾਇਆ ਯਾਸੀ ਵਲ ਕੁਰਾਨ ਅਲ ਹਕੀ ਕਲਮਿਨ ਅਲ ਮੁਰਸਲੀ, ਇਹ ਸਜਦਾ ਇਹ ਸਰਦਾਰ ਮੈਨੂੰ ਹਿਕਮਤ ਵਾਲੇ ਕੁਰਾਨ ਦੀ ਕਸਮ ਏ। ਅੱਲਾ ਫਰਮਾਇਆ ਵਲਾ ਦੀਆ ਦੀ ਦਬਹਾ ਫਲ ਮੂਰੀਆ ਦੀ ਕਦਹਾ ਫਲ ਮੁਗੀਰਾ ਦੀ ਸੁਬਹਾ। ਅੱਲਾ ਫਰਮਾਇਆ ਜਦੋਂ ਮੈਦਾਨੇ ਜੰਗ ਵਿੱਚ ਘੋੜੇ ਨੱਸਦੇ ਨੇ, ਉਹ ਘੋੜਿਆਂ ਦੇ ਪੈਰ ਪੱਥਰਾਂ ਨਾਲ ਵੱਜ ਕੇ ਚਿੰਗਾਰੀਆਂ ਨਿਕਲਦੀਆਂ ਨੇ। ਅੱਲਾ ਕਹਿੰਦਾ ਮੈਨੂੰ ਚਿੰਗਾਰੀ ਦੀ ਵੀ ਕਸਮ ਏ, ਜਿਸ ਵੇਲੇ ਘੋੜੇ ਸਾਹ ਲੈਂਦੇ ਨੇ। ਅੱਲਾ ਕਹਿੰਦਾ ਮੈਨੂੰ ਸਾਹ ਲੈਣ ਦੀ ਵੀ ਕਸਮ ਏ, ਜਦੋਂ ਧੂੜ ਉੱਡਦੀ ਏ। ਅੱਲਾ
ਕਹਿੰਦਾ ਕਹਿੰਦਾ ਧੂੜ ਦੀ ਵੀ ਕਸਮ ਹੈ ਮੈਂ ਖਿਆਲਾ ਛੋਟੀਆਂ ਛੋਟੀਆਂ ਚੀਜ਼ਾਂ ਦੀਆਂ ਕਸਮਾਂ ਕਿਉਂ ਉਠਾਏ ਫਰਮਾਇਆ ਮੈਂ ਛੋਟੀ ਸ਼ਹਿਰ ਦੀ ਕਦੀ ਕਸਮ ਨਹੀਂ ਉਠਾਈ ਇਆਲਾ ਚਿੰਗਾਰੀ ਦੀ ਕਸਮ ਹੈ ਧੂੜ ਦੀ ਕਸਮ ਹੈ ਅੱਲਾ ਫਰਮਾਇਆ ਜਦੋਂ ਮੈਦਾਨੇ ਜੰਗ ਵਿੱਚ ਘੋੜੇ ਨੱਸਦੇ ਨੇ ਮੇਰੇ ਨਬੀ ਦੇ ਯਾਰ ਮੈਦਾਨੇ ਜੰਗ ਵਿੱਚ ਹਜ਼ੂਰ ਦੀ ਮੁਹੱਬਤ ਲੈ ਕੇ ਆਉਂਦੇ ਨੇ ਤੇ ਜਦੋਂ ਘੋੜਾ ਨੱਸਦਾ ਹੈ ਜ਼ਮੀਨ ਦਾ ਥੱਲੇ ਕੇ ਘੋੜੇ ਦੇ ਪੈਰਾਂ ਨਾਲ ਪੈਰਾਂ ਦਾ ਥੱਲੇ ਕੀ ਉਹਦੇ ਜਿਸਮ ਨਾਲ ਜਿਸਮ ਦਾ ਥੱਲੇ ਕੇ ਕਾਠੀ ਨਾਲ ਇਹ ਕਾਠੀ ਦਾ ਥੱਲੇ ਕੇ ਸਿਹਾਬੀ ਨਾਲ ਸਿਹਾਬੀ ਦਾ ਥੱਲੇ ਕੇ ਮੇਰੇ ਯਾਰ ਨਾਲ ਰੱਬ ਆਖਿਆ ਸੋਹਣਿਆ ਮਹਿਬੂਬਾ ਤੇਰੇ ਸੌ ਸੌ ਨਾਜ਼ੀ ਉਠਾਲਾ ਆਖੋ ਸਾਰੇ ਰੱਬ ਆਖਿਆ ਸੋਹਣਿਆ ਮਹਿਬੂਬਾ ਇੱਕ ਵਾਰੀ ਮੇਰੇ ਨਾਲ ਸਾਰੇ ਪੜ੍ਹੋ ਜਿਹੜੇ ਸਟੇਜ ਤੇ ਬੈਠੇ ਹੋ ਤੁਸੀਂ ਵੀ ਪੜ੍ਹੋ ਮੇਰਾ ਤੁਹਾਡਾ ਦਿਲ ਲੱਗ ਜੇ ਆਖੋ ਸਾਰੇ ਰੱਬ ਆਖਿਆ ਸੋਹਣਿਆ ਮਹਿਬੂਬਾ ਪੜ੍ਹੋ ਸਾਰੇ ਰੱਬ ਆਖਿਆ ਸੋਹਣਿਆ ਮਹਿਬੂਬਾ ਤੇਰੇ ਸੌ ਸੌ ਨਾਜ਼ੀ ਉਠਾਲਾ ਲੋਕੀ ਮੇਰੀਆਂ ਕਸਮਾਂ ਚਾਹੁੰਦੇ ਨੇ ਓ ਮੈਂ ਤੇਰੀਆਂ ਕਸਮਾਂ ਚਾਹ نبی کریم صلی اللہ علیہ وسلم دا ذکر حضرت عبداللہ ابن عباس فرماندے نے اسی اپنے گھر جڑا حضور علیہ الصلوۃ والسلام دی ولادت دا ذکر کر رہے ہاں حضور دی آمد دا ذکر کر رہے ہاں حضور علیہ الصلوۃ والسلام دے معجزات دا ذکر کر رہے ہاں ادھروں میرے نبی دی جلوہ گری ہوگی حضور علیہ الصلوۃ والسلام ساڈے گھر آ گئے اج کسے دے گھر چورے شریف والے آن آکھن ساڈے ورگا کوئی نہیں اج کسے دے گھر علی پور سجدہ شریف والے آن آکھن ساڈے ورگا کوئی نہیں اج کسے ਘਰ ਇਹ ਗੋਲੇ ਸ਼ਰੀਫ ਵਾਲੀ ਆਉਣ ਆਖਣ ਸਾਡੇ ਵਰਗਾ ਕੋਈ ਨਹੀਂ ਹਜ਼ੂਰ ਜੀ ਦੇ ਘਰ ਆਏ ਨੇ ਮੈਂ ਸਦਕੇ ਜਾਵਾਂ ਜਿਹਦੇ ਕਰੀ ਮਾਮ ਲੰਬੀ ਆਦਿ ਜਲਵਾ ਕਰੀ ਹੋਈ ਏ ਹਜ਼ਰਤ ਅਬਦੁੱਲਾ ਇਬਨ ਅਬਾਸ ਕਹਿੰਦੇ ਨੇ ਹਜ਼ੂਰ ਸਾਡੇ ਘਰ ਆਏ ਹਜ਼ੂਰ ਕਹਿੰਦੇ ਨੇ ਕੀ ਪੈ ਕਰਦੇ ਸੋ ਸੋਹਣਿਆ ਤੁਹਾਡਾ ਜ਼ਿਕਰ ਪੈ ਕਰਦੇ ਸੋ ਬਰਫਾਨ ਅੱਲਾ ਕਾ ਜ਼ਿਕਰ ਤੁਹਾਡਾ ਜ਼ਿਕਰ ਪੈ ਕਰਦੇ ਸਾਂ ਹਜ਼ੂਰ ਕਹਿੰਦੇ ਮੇਰਾ ਜ਼ਿਕਰ ਪੈ ਕਰਦੇ ਸੋ ਅੱਲਾ ਨੇ ਤੁਹਾਨੂੰ ਬਖਸ਼ ਦਿੱਤਾ ਹੈ ਕਰਦੇ ਰੋ ਗੱਲਾਂ ਸਰਕਾਰ ਦੀਆਂ ਆਖੋ ਕਰਦੇ ਰੋ ਗੱਲਾਂ ਸਰਕਾਰ ਦੀਆਂ ਪੜੋ ਕਰਦੇ ਰੋ ਗੱਲਾਂ ਰਿਤੀਆਂ ਕਰਦੇ ਰੋ ਗੱਲਾਂ ਸਰਕਾਰ ਦੀਆਂ ਇਹ ਸੋਹਣੇ ਮਿੱਠੇ ਮਨ ਠਾਰ ਦੀਆਂ ਗੱਲਾਂ ਸਰਕਾਰ ਦੀਆਂ ਕਰਦੇ ਤੁਹਾਡੇ ਪੜ੍ਹਨ ਤੋਂ ਵੀ ਸਦਕੇ ਜਾਈਏ ਹਾਲੇ ਤੱਕ ਤੁਹਾਡੀ ਸਜ਼ਾ ਵਿੱਚ ਨਹੀਂ ਆਏ ਉੱਚੀ ਆਖੋ ਮੇਰਾ ਦਿਲ ਰਾਜ਼ੀ ਕਰੋ ਕਰਤਾਰਪੁਰ ਵਾਲੇ ਹਜ਼ੂਰ ਦੇ ਆਸ਼ਕ ਸਨ ਨਬੀ ਦਾ ਜ਼ਿਕਰ ਸੁਣ ਕੇ ਵੱਜਦੇ ਚਾ ਗਏ ਸਨ ਆਖੋ ਸਾਰੇ ਕਰਦੇ ਰੋ ਗੱਲਾਂ ਸਰਕਾਰ ਦੀਆਂ ਕਰਦੇ ਰੋ ਗੱਲਾਂ ਸਰਕਾਰ ਹਜ਼ਰਤ ਅਬੂ ਦਰਦਾ ਫਰਮਾਉਂਦੇ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਮੈਨੂੰ ਨਾਲ ਲੈ ਕੇ ਹਜ਼ਰਤ ਆਮਰ ਬਿਨ ਸਈਦ ਅਨਸਾਰੀ ਦੇ ਘਰ ਗਏ ਆ ਹਜ਼ੂਰ ਸਲਾਤੋ ਸਲਾਮ ਜੀ ਦੇ ਮੇਰੇ ਨਾਲ ਮੈਂ ਹਜ਼ੂਰ ਦੇ ਨਾਲ ਗਿਆ ਵਾ ਹਜ਼ਰਤ ਜਿਹੜੇ ਨੇ ਹਜ਼ਰਤ ਆਮਰ ਬਿਨ ਸਈਦ ਅਮਨ ਸਈਦ ਬਿਨ ਅਨਸਾਰੀ ਆਪ ਜਿਹੜੇ ਨੇ ਬੱਚਿਆਂ ਦੇ ਅੰਦਰ ਬੈਠ ਕੇ ਹਜ਼ੂਰ ਦਾ ਜ਼ਿਕਰ ਪੈ ਕਰਦੇ ਨੇ ਹਜ਼ੂਰ ਦੇ ਮੌਜਾ ਸੁਣਾ ਰਹੇ ਨੇ ਮੇਰੇ ਕਮਲੀ ਵਾਲੇ ਪੁੱਛਿਆ ਆਮਰ ਕੀ ਕਰਨਾ ਹੈ ਇਹ ਸੋਹਣਿਆ ਤੁਹਾਡੇ ਜ਼ਿਕਰ ਦੀ ਬਜ਼ਮ ਸਜਾਈ ਹੋਈ
ਤੁਹਾਡੇ ਜ਼ਿਕਰ ਦੀ ਬਜ਼ਮ ਸਜਾਈ ਹੋਈ ਹੈ। ਹਜ਼ੂਰ ਕਹਿੰਦੇ ਨੇ ਤੁਹਾਡੀ ਮਹਿਫਲ ਦੇ ਫਰਿਸ਼ਤੇ ਵੀ ਫਖਰ ਕਰਦੇ ਨੇ, ਤੁਹਾਡੀ ਇਸ ਮਹਿਫਲ ਦੇ ਫਰਿਸ਼ਤੇ ਵੀ ਫਖਰ ਕਰਦੇ ਨੇ। ਇਹ ਕੋਈ ਜ਼ਿਕਰ ਰਸੂਲ ਦੀ ਮਹਿਫਲ ਅੱਜ ਦੀ ਨਹੀਂ ਸਜੀ, ਅਜ਼ਲ ਤੋਂ ਨਬੀ ਦੇ ਜਿਹੜੇ ਨੇ ਦੀਵਾਨੇ ਹਜ਼ੂਰ ਦੀਆਂ ਮਹਿਫਲਾਂ ਸਜਾਉਂਦੇ ਜਾ ਰਹੇ ਨੇ। ਹਜ਼ਰਤ ਸੈਯਦਨਾ ਅਮੀਰ ਮੁਆਵਿਆ ਰਜ਼ੀ ਅੱਲਾਹ ਤਾਲਾ ਅਨਹੁ ਕਹਿੰਦੇ ਨੇ ਮਸਜਿਦ ਨਬੀ ਦੇ ਅੰਦਰ ਬੈਠੇ ਸਾਂ, ਇੱਕ ਦੂਜੇ ਨਾਲ ਗੱਲਾਂ ਪੇ ਕਰਦੇ ਸਾਂ। ਕਿਸੇ ਨੂੰ ਕੋਈ ਕਹਿੰਦਾ ਰੱਬ ਨੇ ਹਜ਼ਰਤ ਮੂਸਾ ਨੂੰ ਕਲੀਮੁੱਲਾ ਬਣਾਇਆ, ਕੋਈ ਕਹਿੰਦਾ ਰੱਬ ਨੇ ਹਜ਼ਰਤ ਇਬਰਾਹਿਮ ਨੂੰ ਖਲੀਲੁੱਲਾ ਬਣਾਇਆ, ਕੋਈ ਜਿਹੜਾ ਕੋਈ ਜ਼ਿਕਰ ਪਿਆ ਕਰਦਾ ਹੈ। ਹਜ਼ੂਰ ਆ ਕੇ ਕਹਿ ਲੱਗੇ ਹੋ ਮੇਰੇ ਸਾਹਬਾ ਕੀ ਬਹਿੰਦੇ ਹੋ, ਇਹ ਸੋਹਣਿਆ ਪਹਿਲੇ ਨਬੀਆਂ ਦਾ ਜ਼ਿਕਰ ਪਿਆ ਕਰਨੇ ਆ। ਮੇਰੇ ਨਬੀ ਕਹਿ ਲੱਗੇ ਓ ਮੇਰੇ ਗੁਲਾਮ ਮੂਸਾ ਕਲੀਮੁੱਲਾ ਨੂੰ ਰੱਬ ਨੇ ਕਲੀਮ ਬੁਲਾਇਆ, ਗੱਲ ਇਸੇ ਤਰ੍ਹਾਂ ਹੀ ਹੈ। ਇਬਰਾਹਿਮ ਨੂੰ ਰੱਬ ਨੇ ਖਲੀਲ ਬਣਾਇਆ, ਗੱਲ ਇਸੇ ਤਰ੍ਹਾਂ ਹੀ ਹੈ। ਆਦਮ ਨੂੰ ਸਬੀਲਾ ਬਣਾਇਆ, ਗੱਲ ਇਸੇ ਤਰ੍ਹਾਂ ਹੀ। ਪਰ ਗੁਲਾਮੋ ਸੁਣ ਲੋ, ਮੈਨੂੰ ਰੱਬ ਨੇ ਆਪਣਾ ਹਬੀਬ ਬਣਾਇਆ, ਮੈਨੂੰ ਰੱਬ ਨੇ ਆਪਣਾ ਹਬੀਬ ਬਣਾਇਆ। ਉੱਚੀ ਬੋਲੋ, ਸਰਕਾਰ ਕੀ ਆਮਦ, ਸਰਕਾਰ ਕੀ ਆਮਦ, ਮੰਠਾਰ ਕੀ ਆਮਦ, ਦਿਲਦਾਰ ਕੀ ਆਮਦ, ਸੋਨੇ ਕੀ ਆਮਦ, ਮੈਨੂੰ ਰੱਬ ਨੇ ਆਪਣਾ ਬੀ ਬਣਾਇਆ ਸੀ। ਕਿਉਂ ਨਾ ਹਜ਼ੂਰ ਦਾ ਜ਼ਿਕਰ ਕਰੀਏ। ਹਬੀਬਾ ਉੱਚੀ ਸ਼ਾਨ ਵਾਲਿਆ ਤੁਸੀਂ ਆਏ ਤੇ ਬਹਾਰ ਆਇਆ, ਹਬੀਬਾ ਉੱਚੀ ਸ਼ਾਨ ਵਾਲਿਆ ਤੁਸੀਂ ਆਏ ਤੇ ਬਹਾਰ ਆਇਆ, ਅੱਲਾ ਨੂੰ ਤੂੰ ਪਿਆਰਾ ਲੱਗਣਾ ਤਾਇਓ, ਰੱਬ ਨੇ ਵੀ ਖੁਸ਼ੀਆਂ ਮਨਾਇਆ, ਹਬੀਬਾ ਉੱਚੀ ਸ਼ਾਨ ਵਾਲਿਆ ਯਾ। ਆਖੋ ਸਾਰੇ ਹਬੀਬਾ ਉੱਚੀ ਸ਼ਾਨ ਵਾਲਿਆ ਤੁਸੀਂ ਆਏ ਤੇ ਬਹਾਰ ਆਇਆ, ਇਹ ਜ਼ੁਲਫ ਤੇਰੀ ਦੇ ਕੁੰਡਲ ਸੋਹਣੇ। ਮੈਂ ਤੇ ਸਦੀਕੀ ਸਾਹਿਬ ਵਾਸਤੇ ਪੂਰਾ ਟਿੱਲ ਪਿਆ ਲਾਨਾ, ਅੱਗੋਂ ਤੁਹਾਡੀ ਮਰਜ਼ੀ ਹੈ ਕਿ ਨਾ ਸੁਭਾਨ ਅੱਲਾਹ ਆਖੋ। ਜ਼ੁਲਫ ਤੇਰੀ ਦੇ ਕੁੰਡਲ ਸੋਹਣੇ ਮੋ ਲੈਂਦੇ ਨੇ ਦਿਲ ਮਨ ਮੋਨੇ, ਜ਼ੁਲਫ ਤੇਰੀ ਦੇ ਕੁੰਡਲ ਸੋਹਣੇ ਮੋ ਲੈਂਦੇ ਨੇ ਦਿਲ ਮਨ ਮੋਨੇ, ਚੰਨ ਸਦਾ ਲੁਕਦਾ ਫਿਰੇ ਤੇਰੇ ਮੁਖ ਦੀਆਂ ਵੇਖ ਸਫਾ, ਸ਼ਾਨ ਵਾਲਿਆ ਤੁਸੀਂ ਆਏ ਤੇ ਬਹਾਰ ਆਇਆ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣਾ ਜ਼ਿਕਰ ਸਹਾਬਾ ਦੇ ਸਾਹਮਣੇ ਕੀਤਾ ਹੈ। ਮੇਰੇ ਨਬੀ ਕਹਿ ਲੱਗੇ ਆ ਮੇਰੇ ਗੁਲਾਮੋ ਇਹ ਦੱਸੋ ਮੈਂ ਕੌਣ ਆ, ਇਹ ਸੁਣਿਆ ਤੁਸੀਂ ਅੱਲਾ ਦੇ ਮਹਿਬੂਬ ਹੋ, ਫਰਮਾਇਆ ਨਾ ਨਾ ਮੇਰੇ ਖਾਨਦਾਨ ਦਾ ਦੱਸੋ, ਹਸਬ ਨਸਬ ਦਾ ਦੱਸੋ। ਫਰਮਾਇਆ ਜਦੋਂ ਅੱਲਾ ਨੇ ਕਬੀਲੇ ਬਣਾਏ ਮੈਨੂੰ ਅੱਲਾ ਕਬੀਲੇ ਦੇ ਅੰਦਰ ਰੱਖਿਆ, ਰੱਬ ਨੇ ਜਦੋਂ ਖਾਨਦਾਨ ਬਣਾਏ ਮੈਨੂੰ ਅੱਲਾ ਖਾਨਦਾਨ ਵਿੱਚ ਰੱਖਿਆ, ਰੱਬ ਨੇ ਜਦੋਂ ਗਰੋਹ ਬਣਾਏ ਮੈਨੂੰ ਅੱਲਾ ਗਰੋਹ ਵਿੱਚ ਰੱਖਿਆ। ਆ ਮੇਰੇ ਸਹਾਬਾ ਸੁਣ ਲਓ, ਮੈਂ ਹਸਬ ਵਿੱਚ ਵੀ ਤੁਹਾਡੇ ਤੋਂ ਅੱਲਾ ਵਾ, ਮੈਂ ਨਸਬ ਵਿੱਚ ਵੀ ਤੁਹਾਡੇ ਤੋਂ ਅੱਲਾ। ਹੁਣ ਕੋਈ ਅੰਨੀ ਦਾ ਪੁੱਤਰ ਆਖੇ ਨਬੀ ਦਾ ਜ਼ਿਕਰ ਕਿੱਥੇ ਲਿਖਿਆ, ਤੇ ਹਜ਼ੂਰ ਆਪ ਆਪਣਾ ਜ਼ਿਕਰ ਪਿਆ ਕਰਦੇ ਨੇ, ਹਜ਼ੂਰ ਆਪ ਆਪਣਾ ਮਿਲਾਦ ਪਿਆ ਮਨਾਉਂਦੇ ਨੇ। ਇਸ ਵਾਸਤੇ ਕੁਝ ਖੁਦਾ ਦਾ ਖੌਫ ਕਰ ਤੇ ਇਸ਼ਕੇ ਰਸੂਲ ਵਾਲੇ ਅਕੀਦੇ ਵਿੱਚ ਆ ਤੇ ਹਜ਼ੂਰ ਦੀ ਤੇ ਜੇ ਜਹਨਮ ਤੋਂ ਬਚਣਾ ਹੀ ਤੇ ਹਜ਼ੂਰ ਦੀ ਗੁਲਾਮੀ ਦਾ ਪੱਟਾ ਗੱਲ ਵਿੱਚ ਪਾ ਤੇ ਯਾ ਰਸੂਲਾ ਦੇ ਨਾਰੇ ਮਾਰਿਆ ਕਰ। ਤੈਨੂੰ ਕਬਰ ਵਿੱਚ ਮੌਲਵੀਆਂ ਨਹੀਂ ਬਚਾਉਣਾ, ਤੈਨੂੰ ਕਬਰ ਚ ਮਦੀਨੇ ਵਾਲੇ ਬਚਾਉਣਾ। ਜਦੋਂ ਸਾਰੀਆਂ ਦੋਸਤੀਆਂ ਮੁਹੱਬਤਾਂ ਟੁੱਟ ਜਾਣੀਆਂ ਨੇ ਨਾ, ਤੈਨੂੰ ਉਦੋਂ ਪਤਾ ਲੱਗਣਾ ਕਿ ਮੈਂ ਦੁਨੀਆਂ ਤੇ ਕਹਿੰਦਾ ਸਾਂ ਨਬੀ ਵੀ ਬਸ਼ਰ ਤੇ ਅਸੀਂ ਵੀ ਬਸ਼ਰ। ਉਦੋਂ ਤੈਨੂੰ ਸਮਝ ਲੱਗ ਜਾਏਗੀ ਜਦੋਂ ਫਰਿਸ਼ਤਿਆਂ ਨੇ ਤੈਨੂੰ ਫੜਿਆ ਨਾ ਤੇ ਪੁੱਛਿਆ ਦੱਸ ਇਹ ਕੌਣ ਨੇ, ਤੇ ਸੁਣੀ ਤੇ ਆਖੇਗਾ ਮੇਰੇ ਕਮਲੀ ਵਾਲੇ ਕੀ,
شان ہی نرالی ہے حضور نو ویکھ کے سنی اکھے گا میرے کملی والے شان ہی اے اکھو سارے میرے کملی والے شان ہی دو جہاں کے داتا ہے اور کملی کالی ہے ہر طرف مدینے میں بھیڑ ہے فقیروں کی ایک دن والا ہے وہ سارا جگ سوالی ہے ایک دن والا ہے آنکھوں سارا جگ سوالی ہے میرے کملی والے کی شان ہی نرالی کون جن نے حضور دا ذکر نہیں کیتا خوشبخت نے جڑے حضور دا ذکر کر دینے حضرت طفیل جنگ دے جڑا نا اج دے موقع دے اوتے علامہ صاحب انہاں دا کنا علامہ راشد صاحب جدوں خانے کعبے دا طواف کردے نا تے حضرت طفیل ایک نا اونچی جگہ تے کھلو کے کہن لگے او طواف کعبہ کرن والے او جنیاں نے حضور نو ویکھیا سی انہاں وچوں صرف ہن میں رہ گئے جنیاں نے وی حضور دی زیارت ڈائریکٹ کیتی او سارے وچوں میں زندہ جے او آ جو پوچھ لو میں تانوں دساں حضور کس طرح دے سن آجو پوچھ لو میں دسنا حضور کس طرح دے نے میرے تو بعد تانوں کسے نہیں دسنا کیونکہ میں تے اکھی ویکھے نا صحابہ بہانے بہانے نال حضور دے ذکر دیاں محفلاں سجاندے سن اج کرتار پور والے نے کوئی نواں کام نہیں کیتا صحابہ بھی حضور دے ذکر دیاں محفلاں سجاندے سن تواڈے ہن لائٹ تساں لائٹاں لا لیاں نے لیکن انہاں وی تے چا کیتا ہے نا جی پھر حضرت ابو ہریرہ مدینے وال جڑے رستے آندے سن جیڑے مدینے والے رستے آتے سن نا حضرت ابو ہریرہ قاری راشد صاحب کھلو جاندے سن جیڑا مدینے وچ آتا سی نا انہوں پوچھتے سن حضور ویکھے نہیں کس طرح دے جے کوئی کہندا نہیں میں تے نہیں ویکھے تے حضرت ابو ہریرہ کہندے نے ادھر آ تینوں میں دسنا تو شاہ خوب تو جان جانا اے چہرہ عمر کتاب تیرا نہ بن سکی ہے نہ بن سکے گی مثال تیری جواب تیرا نہ بن سکی ہے نہ بن سکے گی مثال تیری جواب تیرا خدا کی غیرت نے ڈال ریت ہے تجھ پہ 70,000 پردے جہاں میں لاکھوں ہی دور بنتے ایک بھی اٹھ جائے حجاب تیرا نہ بن سکی ہے نہ بن سکے گا مثال تیری جواب تیرا ان حضور نبی کریم صلی اللہ علیہ وسلم دے صحابہ حضور دے ذکر دیا محفلہ سجاندے سن جس راج میں تو قبل علامہ صدیقی صاحب نے بیان کیتا ہے میں بیان کر رہے ہیں انجی ایک بزرگ حضرت منصور بن عمار او محفل دے وچ بیان پہ کر دے سن لوکی سن دے سن پہ ایک جڑا ہے بندہ کھڑا ہو گیا کہنے لگا بھائی میں کو مکروز ہاں جڑا میری پریشانی ہے کوئی ہے کوئی تواڈے چوں اللہ دے ناں تے میری مدد کرے تو اللہ دے ولی کہنے لگے کہ جڑا اینوں 3 درہم دے گا تو میں 3 دعاواں دیاں گا موضوع میرا حضور دا ذکر ہے کہ کنے کنے حضور دا ذکر کیتا
ਜਿਹੜਾ ਇਹਨੂੰ ਤਿੰਨ ਦਿਨ ਦੇਗਾ ਮੈਂ ਤਿੰਨ ਦੁਆਵਾਂ ਦਿਆਂਗਾ ਤੇ ਗਰੰਟੀ ਦਿਆਂਗਾ ਰੱਬ ਕਬੂਲ ਵੀ ਕਰੇਗਾ। ਇੱਕ ਯਹੂਦੀ ਦਾ ਗੁਲਾਮ ਮੁਸਲਮਾਨ ਬੱਚਾ ਮਹਿਫਲ 'ਚ ਬੈਠਾ ਸੀ, ਉਹਨੇ ਕਿਹਾ ਜੀ ਮੈਂ ਤਿੰਨ ਦਿਨ ਦੇਣਾ। ਕਹਿੰਦੇ ਦੇ, ਤੇ ਮੈਂ ਉਂਝ ਤਿੰਨ ਦੁਆਵਾਂ ਕਰਾਉਣੀਆਂ ਜੇ। ਤੇ ਬਜ਼ੁਰਗ ਕਹਿਣ ਲੱਗੇ ਹਾਂ ਕਰਾਂਗਾ। ਇਹ ਲਓ ਜੀ ਇਹ ਪੈਸੇ ਜੇ। ਤੇ ਉਹਨਾਂ ਕਿਹਾ ਦੱਸ ਪਹਿਲੀ ਦੁਆ ਕਿਹੜੀ ਹੈ? ਉਹਨੇ ਕਿਹਾ ਪਹਿਲੀ ਦੁਆ ਇਹ ਵੇ ਕਿ ਬਾਬਾ ਜੀ ਮੈਂ ਗੁਲਾਮ ਹਾਂ ਤੇ ਦੁਆ ਕਰੋ ਰੱਬ ਮੈਨੂੰ ਆਜ਼ਾਦੀ ਦੀ ਜ਼ਿੰਦਗੀ ਦੇ। ਉਹ ਬਾਬੇ ਨਾਲ ਦੁਆ ਕੀਤੀ, ਮਜਮੇ ਨੇ ਅਮੀਨ ਆਖੀ। ਉਹਨੇ ਕਿਹਾ ਪੁੱਤਰ ਦੂਜੀ, ਪਰ ਮੈਂ ਮੇਰਾ ਮਾਲਕ ਯਹੂਦੀ ਹੈ, ਦੁਆ ਕਰੋ ਮੇਰਾ ਮਾਲਕ ਵੀ ਮਦੀਨੇ ਵਾਲੇ ਦਾ ਗੁਲਾਮ ਬਣ ਜਾਏ। ਤੀਸਰੀ, ਪਰ ਮੈਂ ਤੀਸਰੀ ਦੁਆ ਇਵੇ ਮੈਨੂੰ ਤੇ ਮੇਰੇ ਮਾਲਕ ਨੂੰ ਕਦੀ ਹਜ਼ੂਰ ਦੀ ਜ਼ਿਆਰਤ ਹੋ ਜਾਏ ਨਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਧੀ ਦੋ ਜੇ ਬਾਬੇ ਰਾਂ ਦੁਆ ਕੀਤੀ, ਮਜਮੇ ਨੇ ਆਮੀਨ ਆਖੀ, ਉਹ ਚਲਾ ਗਿਆ। ਮਾਲਕ ਜਿਹੜਾ ਬਈ ਯਹੂਦੀ ਖਲੋ ਕੇ ਇੰਤਜ਼ਾਰ ਪਿਆ ਕਰਦਾ ਏ, ਉਹਨੂੰ ਬੁਲਾ ਕੇ ਕਹਿਣ ਲੱਗਾ ਕਿੱਥੇ ਰਹਿ ਗਿਆ ਸੈਂ, ਪੈਸੇ ਕਿੱਥੇ ਨੀ, ਸੌਦਾ ਕਿੱਥੇ ਹੀ? ਉਹਨੇ ਆਖਿਆ ਮਾਲਕਾ ਮੈਨੂੰ ਕੁਝ ਨਾ ਆਖੀ, ਮੈਂ ਤੇਰੇ ਪੈਸੇ ਤਿੰਨ ਦੇ ਆਇਆ ਵਾਂ। ਉਹਨਾਂ ਬਾਬੇ ਰਾਂ ਕੋਲ ਤਿੰਨ ਦੁਆਵਾਂ ਜਿਹੜੀਆਂ ਨੇ ਲੈ ਆਇਆ ਵਾਂ। ਉਹਨੇ ਆਖਿਆ ਕਿਹੜੀ ਕਿਹੜੀ ਦੁਆ ਲੈ ਕੇ ਆਇਆ? ਉਹਨੇ ਆਖਿਆ ਪਹਿਲੀ ਦੁਆ ਇਹ ਵੇ। ਮੈਂ ਆਖਿਆ ਬਾਬਾ ਜੀ ਦੁਆ ਕਰੋ ਰੱਬ ਮੈਨੂੰ ਆਜ਼ਾਦੀ ਦੀ ਜ਼ਿੰਦਗੀ ਨਸੀਬ ਕਰੇ। ਉਹ ਯਹੂਦੀ ਸੁਣ ਕੇ ਕਹਿਣ ਲੱਗਾ ਜਾ ਫਿਰ ਮੇਰੇ ਵੱਲੋਂ ਆਜ਼ਾਦ, ਮੇਰੇ ਵੱਲੋਂ ਆਜ਼ਾਦ। ਦੂਸਰੀ ਦੁਆ ਕਿਹੜੀ ਹੈ? ਪਰ ਮੈਂ ਦੂਸਰੀ ਦੁਆ ਇਹ ਵੇ, ਯਾ ਅੱਲਾ ਮੇਰਾ ਮਾਲਕ ਜਿਹੜਾ ਮਦੀਨੇ ਵਾਲੇ ਦਾ ਗੁਲਾਮ ਬਣ ਜਾਏ। ਉਹਨੇ ਆਖਿਆ ਪੜ੍ਹਾ ਮੈਨੂੰ ਵੀ ਕਲਮਾ, ਜ਼ਿਕਰ ਰਸੂਲ ਦੀਆਂ ਬਰਕਤਾਂ ਮੈਂ ਦੱਸ ਲਵਾਂ, ਪੜ੍ਹਾ ਮੈਨੂੰ ਵੀ ਕਲਮਾ। ਉਹਨੇ ਕਲਮਾ ਪੜ੍ਹਾ ਕੇ ਰਾਜ਼ੀ ਹੋ ਗਿਆ ਵੀ ਮੁਸਲਮਾਨ ਹੋ ਗਏ। ਉਹਨੇ ਆਖਿਆ ਪੁੱਤਰਾ ਤੀਸਰੀ ਦੁਆ ਕਿਹੜੀ ਕਰਾਈ ਹੈ? ਉਹਨੇ ਆਖਿਆ ਮੈਂ ਦੁਆ ਕਰਾਈ ਹੈ ਮੌਲਾ ਮੈਨੂੰ ਤੇ ਮੇਰੇ ਮਾਲਕ ਨੂੰ ਕਮਲੀ ਵਾਲੇ ਦੀ ਧੀ ਦੋ ਦੇ। ਉਹਦੀ ਅੱਖਾਂ ਵਿੱਚ ਆਂਸੂ ਜਾਰੀ ਹੋ ਗਏ। ਉਹ ਆਂਦਾ ਬੇਲੀਆ ਜਿਹੜਾ ਮੇਰੇ ਬਸ ਦਾ ਕੰਮ ਸੀ ਮੈਂ ਕਰ ਛੱਡਿਆ ਏ, ਹੁਣ ਖੁਦਾ ਜਾਣੇ ਮੁਸਤਫਾ ਜਾਣੇ। ਉਹਨੇ ਆਖਿਆ ਫਿਕਰ ਨਾ ਕਰ, ਸਾਡਾ ਨਬੀ ਲਜਪਾਲੇ ਆ ਜਾ, ਤੁਵੇਂ ਰਲ ਕੇ ਸੋਨੇ ਨੂੰ ਯਾਦ ਕਰੀਏ, ਇਨਸ਼ਾਅੱਲਾ ਤਾਲਾ ਸੋਨਾ ਕਰਮ ਕਰੇਗਾ। ਰੋਜ਼ਾਨਾ ਜਿਹੜੀਆਂ ਨੇ ਹਜ਼ੂਰ ਦੇ ਜ਼ਿਕਰ ਦੀ ਮਹਿਫਲ ਸਜਾ ਲੈਂਦੇ ਨੇ, ਦੋਵੇਂ ਸਾਹਮਣੇ ਸਾਹਮਣੇ ਬੈਠ ਕੇ ਦਰੂਦ ਨਬੀ ਤੇ ਪੜ੍ਹਦੇ ਨੇ, ਅੱਖਾਂ ਵਿੱਚ ਛਮ ਛਮ ਆਂਸੂ ਜਾਰੀ ਨੇ, ਹਜ਼ੂਰ ਨੂੰ ਯਾਦ ਕਰਦੇ ਨੇ। ਸੋਨੇ ਆ ਇਹ ਤੁਹਾਡੀ ਧੀ ਦੋ ਜੇ, ਗੁਲਾਮ ਦੀ ਦੋ ਜੇ, ਇਹ ਕਮਲੀ ਵਾਲੇ ਨੂੰ ਯਾਦ ਕਰਦੇ ਨੇ, ਅੱਖਾਂ ਵਿੱਚ ਆਂਸੂ ਜਾਰੀ ਨੇ। ਆਂਦੇ ਨੇ ਇਸ਼ਕ ਤੇਰਾ ਰੋ ਕੇ ਦਿਲ ਨੂੰ ਇਹ ਲਾ ਗਿਆ, ਇਹ ਆ ਵੀ ਜਾ ਮਾਹੀ ਮਦੀਨੇ ਲਿਆ। ਜਾਂ ਇਸ ਤਰ੍ਹਾਂ ਕਹਿ ਲਓ ਵੇੜਾ ਸਜਾਈ ਬੈਠਾ, ਸੋਹਣੇ ਨੇ ਆਵਣਾ ਆਖੋ ਬੇੜਾ ਸਜਾਈ ਬੈਠਾ, ਸੋਹਣੇ ਨੇ ਆਵਣਾ ਅੱਖੀਆਂ ਵਿਛਾਈ ਬੈਠਾ, ਇਹ ਸੋਹਣੇ ਨੇ ਆਵਣਾ ਵੇੜਾ ਸਜਾਈ ਬੈਠਾ, ਉਹ ਸੋਹਣੇ ਨੇ ਆਵਣਾ। ਇੱਕ ਦਿਨ ਵੀ ਗੁਜ਼ਰ ਗਿਆ, ਦੂਸਰਾ ਦਿਨ ਵੀ ਗੁਜ਼ਰ ਗਿਆ, ਲੋਗੋ ਇਹ ਤੀਸਰੇ ਦਿਨ ਕਹਿੰਦੇ ਨੇ ਸਾਡੇ ਕੰਨਾਂ ਵਿੱਚ ਆਵਾਜ਼ ਆਈ ਏ, ਉਹ ਖੜੇ ਹੋ ਜਾ ਰੱਬ ਦਾ ਹਬੀਬ ਤੁਹਾਡੇ ਅਲੀ ਆ ਰਿਹਾ। ਇਸ ਵਾਸਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਜ਼ਿਕਰ ਕਰਿਆ ਕਰੋ, ਜਿੰਨੀ ਦੇਰ ਜ਼ਿੰਦਗੀ ਹੈ ਹਜ਼ੂਰ ਦੀਆਂ ਮਹਿਫਲਾਂ ਸਜਾਇਆ ਜੇ, ਹਜ਼ੂਰ ਦੀਆਂ ਮਹਿਫਲਾਂ ਸਜਾ ਕੇ ਲੋਕਾਂ ਨੂੰ ਦੱਸਿਆ ਜੇ, ਕਰਦੇ ਰੋ ਗੱਲਾਂ ਸਰਕਾਰ ਦੀਆਂ, ਆਖੋ ਕਰਦੇ ਰੋ ਗੱਲਾਂ ਸਰਕਾਰ ਦੀਆਂ, ਸੋਹਣੇ ਮਿੱਠ ਮਨ ਠਾਰ ਦੀਆਂ, ਕਰਦੇ ਰੋ ਗੱਲਾਂ ਸਰਕਾਰ ਦੀਆਂ, ਇਹ ਕਰਦੇ ਰੋ ਗੱਲਾਂ।
محبوبِ سبحانی قطبِ ربانی شاہِ نورانی غوثِ سمدانی الحسنی والحسینی حضور سیدنا شیخ عبدہ قادر جیلانی کہنے جدو میں علم حاصل کر لیا میں تو پیگ ٹائم ستایا ماں میری اکھ لگیے منوح نبی کریم صلی اللہ علیہ وسلم دی دید ہوئیے حضور پوچھ دن پتر عبدہ قادر میں کھجیا کا او پتر بعد کیوں نہیں کر دا اے سونیا ہی عربی نے میں اجمیہ لب کس نہ کھولا حضور کہنے در امو کھول حضور کہندے نے منہ کول کہندے نے کمری والے سات مرتبہ لا پے تن مینوں عطا فرمایا جدو حضور چلے گئے نے پھر کون آیا سنیا دا پیر آیا اے صحابہ دا مشیر آیا میرے نبی دا ویر آیا کون آئے مولا علی علی دا نام سن کے تے تواڈے چہرے کھلنے چاہیے سبحان اللہ کون آئے مولا اسی بولو مولا نعرہ تکبیر نعرہ رسالت عظمت شان مصطفیٰ نعرہ حیدری نعرہ حیدری نعرہ حیدری میں تے کہنا انہاں پڑھنا قصیدہ حق دے ولی دا پڑھنا قصیدہ حق دے ولی دا اے ذرا مل کے مارو او نعرہ علی دا او پڑھنا قصیدہ حق دے نعرہ حیدری نعرہ حیدری نعرہ حیدری نعرہ تحقیق حضرت مولا علی آگے کہنے لگے عبدالقادر باز کیوں نہیں کردا میں کہ سونے آئے سارے عربی نے میں اجمیہ لب کس نہ کھولا کملی والے کہنے نے منہ کھول حضرت علی کہنے نے عبدالقادر منہ کھول عبدالقادر جیلانی کہنے نے میں منہ کھولیا حضرت علی نے چھ مرتبہ لب در مینوں عطا فرمایا میں پوچھے حضور نے سات مرتبہ دیتا ہے تسی چھ مرتبہ دیتا ہے فرمایا عبدالقادر چپ کر جا ایک پاسے نانگیاں دی گڑتی ہے دوجے پاسے دالگیاں دی گڑتی جدوں کملی والے نے لابے دہن دیتا علی نے لابے دہن دیتا ستر ہزار دا مجمع ستر ہزار دا مجمع تے ستر ہزار مجمع نو جیڑے تواڈے وچ پڑھے لکھے نے ایک بندے نو ایک فٹ جگہ دیو تے ویکھو کنا میلاں دے اندر مجمع پورا ہوندا ہے ایک بندے نو ایک فٹ جگہ دیو تے کنا میلاں دے اندر ستر ہزار مجمع پورا ہوندا ہے تے جدو حضور نے لابے دہن عطا فرمایا تے ساؤنڈ بھی او تو کوئی نہ تے بجلی بھی کوئی نہ تے غوثے پاک دی آواز جس طرح سامنے بندے نو آؤں دی اینڈ والے بندے نو بھی اونجی آؤں دی جس طرح سامنے جڑے بندے کھلوتے نے انہوں نے جس طرح آواز آتی ہے پیچھے جڑے کھلوتے نے انہوں نے آواز آ رہی ہے پھر ایک دن حضرت عبدالقادر جیلانی بیان کر رہے نے ایمان والیو اس طرح ذکر مصطفیٰ جڑے نے شہزادہ پہ کرتے ہیں آل رسول اللہ دی علی جی کمری والے دا ذکر کرتے ہیں سامنے آپ دا مرید جڑا بیٹھا ہوا ہے سامنے حضرت غوثے پاک دے مرید بیٹھے ہوئے نے ایمان والیو منبر تے عبدالقادر جیلانی حضور دا ذکر پہ کرتے ہیں اچانک اس طرح ذکر جڑا کمری والے دا کیتا ہے عبدالقادر جیلانی نے او منبر چھڈ چھڑیا ہے اپنے اس مرید دے سامنے ہاتھ بن کے کھڑے ہو گئے نے سارے لوکی حیران ہو گئے اج پیر مرید دے سامنے ہاتھ بن کے کھڑا ہو گیا ہے جدو ایمان والے انہوں نے اکھاں کھولیاں حضور کی گل ہے عبدالقادر جیلانی کہندے نے اوے دسو تینوں رب کعبہ دی قسم ہے ہنے ہونے تینوں حضور دی دید ہوندی سی ہنے حضور دی دید ہو رہی انہیں کہندے نے واللہ مینوں اللہ دی قسم واقعی جو خواب دے اندر پہ ویندے سن نا مرید پیر بیداری وچ پیا ویندا ہے اے ذکر رسول دیاں برکتاں نے حضور دے ذکر دی بزم سجائیے تے سرکار دی زیارت ہوندی ہے کئیاں نوں روز ہوندے نے دیدار آپ دے
کئی ترس دین سونے دے دیدار واسطے آخو رب محفل سجایا نے سرکار آخو ذرا سارے رب محفل سجایا نے سرکار دل یا دل بنایا ہے تعریف لی بنایا سونے دے دیدار واسطے سندھ دے اندر محمد بنانا می بندہ جڑا ہے ٹریکٹر چلان والا ٹرالی دے اتے مٹی ٹھون والا ایک مولوی ہارون دے نال اوہدا جڑا ہے مقابلہ شروع ہو گیا او کہے حضور فوت ہو گئے نے اے محمد بنا کر لگا نانا اپنے منہ سنا دی گل نہ کڈ مدینے والا سائیں اج وی زندہ ہے اج وی زندہ ہے اج بھی زندہ ہے انہیں آخیا قبر جڑی ہے نہیں بنی مدینے فوت نہیں ہو گئے ایسا نہیں انہیں آخیا جو مرضی کر لے لیکن میرا ایمان ہے سونا اج بھی زندہ ہے انہیں آخیا میں نہ مناظرہ کر لے اندر میں مولوی نہیں اور میں مناظرہ نہیں کر سکتا آئے جن نواں کم کریے پوچھ دے کڑا کہندا ہے آگ بالیے تے آگ بال کے چھال ماریے تے آگ کولو فیصلہ کرا لیے سچا کڑا ہے جھوٹا کڑا جھوٹا کیڑا ہے میں پڑھیا نہیں تے میں مناظرے نہیں کر سکدا مینوں نہیں یاد میں تے ٹریکٹر چل ٹرالی چلانا عام جیا بندہ لیکن مدینے والے نال پیار کرنا تے میرا ایمان لجپال اج وی زندہ ہے انہیں آخیا اج اگ کولوں فیصلہ نہ کرا لیے تو آدھا چل کرا لو ان اگ بالی نیڑے نیڑے پنڈا چ رولا پی گیا دو بندے لگے نے اگ میں چھال مارن وہ جس ویلے اگ پک پئی علامہ صدیقی صاحب وہ کہندے نے ادھر بھی آخو ادھر صرف نعرہ مارن نعرہ تکبیر تے اے مارن نعرہ رسالت جدوں ادھر ہوں خالی وجہ نعرہ تکبیر تے ادھر وجہ نعرہ رسالت ایک جھوٹا نبی ہوا مسلمان کذاب وہ سرکوبی واسطے حضرت ابو بکر صدیق نے حضرت خالد بن ولید نو ایک ہزار کا لشکر دے کے کلیا کہ جا کے جھوٹے نبی نے جنگ کرو ختم نبوت دے سب تو پہلے پہرے دار حضرت ابو بکر نے حضرت خالد بن ولید کہندے نے جدوں سامنے ہوئے نا تے تلواراں ٹکریاں سانوں مارن اسی انہاں نوں ماریے او ساڈے تے چلان اسی انہاں تے ادھر بھی جنگ ہوے ساڈی بھی او بھی آکھ نعرہ تکبیر اسی بھی آکھے نعرہ تکبیر او بھی آکھ نعرہ تکبیر اسی بھی آکھے نعرہ تکبیر تے حضرت خالد بن ولید نے صحابہ وال مخاطب ہو کے کہندے نے او بھی کہہ رہے نے نعرہ تکبیر تسی بھی کہہ رہے ہو نعرہ تکبیر اوے اپنا خاص نعرہ مارو خاص تھوڑے سنن تو بھی سبحان اللہ میں جدوں دا میلاد بیان لگا نا کرن پہلی دفعہ اج انج دے بندے میرے متھے لگے نے تھوڑے سنن تو بھی سبحان اللہ انہیں کہے اپنا خاص نعرہ مارو خاص تے جدوں حضرت خالد بن ولید نے اشارہ کیتا تے صحابہ دے مجمع وچ آواز آئی نعرہ رسال نے دا مطلب اے کہ یا رسول اللہ دا نعرہ صحابہ دی پہچان ہے صحابہ دی پہچان ہے میں پیچھے ایک تواڈے علاقے چ پنڈ ہے نا دیپو کے دیپو تے میں اتھے گیا تے اتھے جدوں میں جا کے گڈی کھلاری تے جلسے دو سن او دن اتھے جلسے سنیاں دا وی تے دوجیاں دا وی او بندہ موٹر سائیکل تے آ کے کھلوتا تے میں گڈی کھلاری تے انہوں نے نا کہا جی آجو جلسے تے جانا جی میں کیا آجو میرے پیچھے آ جائے اسی بھی توڑ دیتی کہ اور اتھے ہی کھڑے گا وہ جدو لے گیا نال تے میں جدو مجمع ویکھیا نا تمبیاں ٹنگیاں میں کیا یہ ساڈے والے نہیں ہوں میں کہ کتھے لے آیا پھر ادھروں آواز آوے تیرا کھاواں تیرے گیت گاواں میں کہ نہیں اپنے میں ہور گڈی اگاں کیتی تو میرے نال جڑے حافظ صاحب سن ایک کہندے نے سنو تے صحیح او ساڈے والی نہیں جے پے کردے کہ تیرا کھاواں تیرے گیت گاواں یا رسول اللہ یہ کچھ ہور آندے نے پے تو میں کان لایا تے آواز پی آوے تیرا کھاواں تیرے گیت گاواں یا ہیو یا کیوں گیت گاواں یا ہیو یا کیوں یعنی کہ حضور دا نام لا کے
ਤੁਹਾਨੂੰ ਇੰਨਾ ਨਹੀਂ ਪਤਾ ਹੈ ਕਿ ਰੱਬ ਦੀ ਵੀ ਉਹਦੀ ਤੇ ਮਿਹਰਬਾਨੀ ਜਿਹਦੇ ਤੇ ਹਜ਼ੂਰ ਦੀ ਮਿਹਰਬਾਨੀ ਹੈ। ਮੈਂ ਤੇ ਕਹਿੰਦਾ ਇਹ ਸਭ ਤੁਮਾਰਾ ਕਰਮ ਹੈ ਆਕਾ, ਇਹ ਸਭ ਤੁਮਾਰਾ। ਪਿਛਲੇ ਵੀ ਬੋਲੋ, ਅਗਲੇ ਵੀ ਬੋਲੋ, ਭਾਵੇਂ ਕਾਫਰੀ ਗੱਲ ਉਹ ਸਾਰੇ ਪੜੋ, ਇਹ ਸਭ ਤੁਮਾਰਾ ਅਤਾ ਕੀਆ ਮੁਝ ਕੋ ਦਰਦ ਉਲਫਤ ਕਹਾ ਥੀ ਯੇ ਪੁਰਖਤਾ ਕੀ ਕਿਸਮਤ, ਮੈਂ ਇਸ ਕਰਮ ਕੇ ਕਹਾ ਥਾ ਕਾਬਿਲ, ਹਜ਼ੂਰ ਕੀ ਬਲਦਾ ਪਰਵਰੀ ਹੈ, ਆਖੋ ਯੇ ਸਭ ਹੁਣ। ਉਧਰੋਂ ਵਜੇ ਨਾਰਾ ਰਿਸਾਲਤ, ਉਧਰੋਂ ਵਜੇ ਨਾਰਾ ਤਕਬੀਰ। ਉਹਨਾਂ ਕਿਹਾ ਅੱਜ ਪਤਾ ਲੱਗ ਜਾਏਗਾ, ਅੱਜ ਪਤਾ ਲੱਗ ਜਾਏਗਾ। ਦੋਵਾਂ ਨੇ ਇੰਝ ਕਰਕੇ ਹੱਥਾਂ 'ਚ ਹੱਥ ਪਾਇਆ, ਅੱਗ ਜਦੋਂ ਪੂਰੀ ਭੱਖ ਪਈ ਉਹਨਾਂ ਨਾਲ ਨਾਰਾ ਮਾਰਿਆ, ਉਹਨੇ ਨਾਰਾ ਤਕਬੀਰ ਅਤੇ ਇਹਨੇ ਨਾਰਾ ਰਿਸਾਲਤ 'ਤੇ ਛਾਲ ਕੱਢ ਮਾਰੀ। ਉਹ ਮੁਹੰਮਦ ਪਨਾਹ ਨੂੰ ਅਸਾਂ ਗੁਜਰਾਂ ਵਾਲੇ ਬੁਲਾਇਆ, ਮੌਜੂ ਮੇਰਾ ਜ਼ਿਕਰ ਮੁਸਤਫਾ, ਮੌਜੂ ਕੀ ਜ਼ਿਕਰ ਮੁਸਤਫਾ। ਉਹਨੂੰ ਅਸੀਂ ਗੁਜਰਾਂ ਵਾਲੇ ਬੁਲਾਇਆ ਅਤੇ ਉਹਨੇ ਫਿਰ ਗੱਲ ਸੁਣਾਈ ਸਾਨੂੰ ਆਪੇ ਹੀ। ਕਹਿੰਦਾ ਜਦੋਂ ਅਸੀਂ ਛਾਲ ਮਾਰੀਏ ਅਤੇ ਨਾ ਕੋਹਨੂੰ ਲੱਗੇ ਅਤੇ ਨਾ ਮੈਨੂੰ ਲੱਗੇ, ਅਤੇ ਮੈਂ ਕਹਾਂ ਮੌਲਾ ਝੂਠੇ ਸੱਚੇ ਦਾ ਫੈਸਲਾ ਕਿਸ ਤਰ੍ਹਾਂ ਹੋਏਗਾ, ਨਾ ਇਹਨੂੰ ਵੀ ਲੱਗਦੀ ਹੈ ਨਾ ਮੈਨੂੰ ਲੱਗਦੀ ਹੈ। ਅਤੇ ਕਹਿੰਦੇ ਮੇਰੇ ਵੱਡੇ ਸਨ ਮੁਰੀਦ ਹਜ਼ਰਤ ਸੁਲਤਾਨ ਬਹੁ ਦੇ, ਅਤੇ ਕਹਿੰਦੇ ਅੱਗ 'ਚ ਮੈਨੂੰ ਹਜ਼ਰਤ ਸੁਲਤਾਨ ਬਹੁ ਦੀ ਜ਼ਿਆਰਤ ਹੋਈ। ਸੁਲਤਾਨ ਸਾਹਿਬ ਕਹਿੰਦੇ ਨੇ ਪੁੱਤਰਾ ਇਹਦਾ ਹੱਥ ਛੱਡ ਤੇ ਸਹੀ, ਇਹਦਾ ਹੱਥ ਛੱਡ ਤੇ ਸਹੀ, ਸਾਡੀ ਗੈਰਤ ਇਹ ਵੀ ਨਹੀਂ ਗੁਆਰਾ ਕਰਦੀ, ਹੱਥ ਤੇਰੇ ਨਾਲ ਲੱਗਾ ਹੋਵੇ ਅੱਗ ਕਿਸ ਤਰ੍ਹਾਂ ਛਾੜੇ। ਕਹਿੰਦੇ ਮੈਂ ਹੱਥ ਛੱਡਿਆ, ਆਨਣ ਫਾਨਣ ਉਹਨੂੰ ਅੱਗ ਨੇ ਫੜ ਲਿਆ, ਉਹ ਇੱਕ ਮਿੰਟ ਜਾਂ ਅੱਧਾ ਮਿੰਟ ਰਿਹਾ ਅਤੇ ਉਹਦੇ ਕੱਪੜੇ ਸੜ ਗਏ, ਦਾੜੀ ਸੜ ਗਈ, ਨਸਿਆ, ਨਹਿਰੇ ਜਾ ਕੇ ਉਹਨੇ ਛਾਲ ਮਾਰੀ। ਕਹਿੰਦੇ ਮੈਂ 5-10 ਮਿੰਟ ਅੱਗ ਦੇ ਵਿੱਚ ਹਜ਼ੂਰ 'ਤੇ ਦਰੂਦ ਪੜਦਾ ਰਿਹਾ ਵਾਂ। ਉਹਨੂੰ ਅਸੀਂ ਗੁਜਰਾਂ ਵਾਲੇ ਬੁਲਾਇਆ ਅਤੇ ਉਹ ਬੜਾ ਮਜਮਾ ਸਾਰੇ ਅਸੀਂ ਅਹਿਲ ਸੁਨਤ ਦੇ ਮੌਲਵੀਆਂ ਨੇ ਐਲਾਨ ਕੀਤਾ, ਉਹ ਬੰਦਾ ਆਇਆ ਜਿਹਨੇ ਹਜ਼ੂਰ ਦੇ ਨਾਂ 'ਤੇ ਅੱਗ ਵਿੱਚ ਛਾਲ ਮਾਰੀ ਹੈ, ਉਹ ਬੰਦਾ ਆਇਆ ਜਿਹਨੇ ਹਜ਼ੂਰ ਦੇ। ਬੜਾ ਮਜਮਾ ਇਕੱਠਾ ਹੋ ਗਿਆ। ਉਹਨਾਂ ਨੇ ਉਹਨਾਂ ਦੇ ਵੀ ਬੰਦਿਆਂ ਨੇ ਹੁਣ ਪੁੱਛਣਾ ਸੀ, ਉਹ ਕੀ ਹੈ। ਉਹਨਾਂ ਕਿਹਾ ਓਏ ਵਾਕਈ? ਕਹਿੰਦੇ ਨੇ ਨਹੀਂ, ਉਹਨੇ ਕੈਮੀਕਲ ਲਾਏ ਸਨ, ਸਾਡੇ ਬੰਦੇ ਨੇ ਬਹਿ ਜਾ ਪੁੱਤਰ, ਸਾਡੇ ਬੰਦੇ ਨੇ ਕੈਮੀਕਲ ਕੋ ਨਹੀਂ ਸਨ ਲਾਏ, ਉਹਨੇ ਲਾਏ ਸਨ। ਤਦ ਜਿਹੜੀ ਹੈ ਨਾ ਉਹਨੂੰ ਨਹੀਂ ਲੱਗੀ, ਸਾਡੇ ਬੰਦੇ ਨੂੰ ਲੱਗ ਗਈ। ਅਸੀਂ ਉਹਨੂੰ ਦੱਸਿਆ, ਅਸੀਂ ਆਖਿਆ ਗੁਜਰਾਂ ਦੇ ਭਾਬੀ ਕਹਿੰਦੇ ਨਹੀਂ ਕਿ ਤੂੰ ਕੈਮੀਕਲ ਲਾਏ ਸਨ। ਉਹਨੇ ਮਿੰਬਰੇ ਰਸੂਲ 'ਤੇ ਬੈਠ ਕੇ ਹਾਜੀ ਸਾਦਿਕ ਸਾਹਿਬ ਦੀ ਮਸਜਿਦ ਦੇ ਅੰਦਰ ਕਹਿਣ ਲੱਗਾ ਕਿ ਮੈਨੂੰ ਗੁਜਰਾਂ ਵਾਲੇ ਦੀ ਕਿਸੇ ਲੈਬਾਰਟਰੀ 'ਚ ਲੈ ਚੱਲੋ ਹੁਣ, ਅਤੇ ਵੇਖੋ ਮੈਨੂੰ ਕੋਈ ਲੱਗਾ ਤਾਂ ਨਹੀਂ, ਅਤੇ ਆਓ ਗੋਂਦਲਾਂ ਵਾਲੇ ਅੱਡੇ ਮੈਦਾਨ ਫਿਰ ਲਾ ਲੈਂਦੇ ਹਾਂ। ਗੱਲ ਐਸੀ ਸੁਭਾਨ ਅੱਲਾਹ ਵਾਲੀ। ਚਲੋ ਮੇਰੀ ਤਾਂ ਅੱਜ ਆਖਰੀ ਤਕਰੀਰ ਹੈ ਤੁਹਾਡੇ ਪਿੰਡ, ਮੇਰੀ ਤਾਂ ਅੱਜ ਆਖਰੀ ਹੈ। ਗੱਲ ਐਸੀ ਸੁਭਾਨ ਅੱਲਾਹ ਵਾਲੀ। ਉਹਨੂੰ ਪੁੱਛੋ ਕਿ ਹਜ਼ੂਰ ਦੇ ਨਾਂ ਦੇ ਉੱਤੇ ਤੂੰ ਜਿਹੜਾ ਅੱਗ ਵਿੱਚ ਛਾਲ ਮਾਰੀ ਆ ਸੁਣਾ। ਉਹਦੀਆਂ ਅੱਖਾਂ ਵਿੱਚ ਆਂਸੂ ਜਾਰੀ ਹੋ ਗਏ। ਕਹਿੰਦਾ ਇਹ ਹਜ਼ੂਰ ਦੇ ਨਾਂ ਦੇ ਉੱਤੇ ਅੱਗ ਵਿੱਚ ਛਾਲ ਮਾਰੀ ਹੈ, 3 ਵਾਰੀ ਰੱਬ ਦੀ ਕਸਮ ਮਦੀਨੇ ਵਾਲੇ ਦੀ ਜ਼ਿਆਰਤ ਹੋਈ ਹੈ। ਕਿਉਂ ਨਾ ਮਿਲਾਦ ਨਬੀ ਦਾ ਮਨਾਈਏ ਤੇ ਆਖੀਏ ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ ਯਾਰ ਸੁਲਾ। ਸਾਰੇ ਕਵੋ ਜੇ ਜਾਂਦਿਆਂ ਜਾਂਦਿਆਂ ਮੈਨੂੰ ਰਾਜ਼ੀ ਕਰਨਾ ਜੇ, ਇੱਕ ਕਰੀ ਯਾਰ ਸੁਲਾ ਸਾਰੇ ਆਖੋ ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ ਲੱਲਾ ਤੇਰਾ ਮਿਲਾ ਮੈਂ ਕਿਉਂ ਨਾ ਮਨਾਇਆ ਰਸੂਲ ਅੱਲਾਹ ਆਖੋ ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ ਅੱਲਾ ਹਲੀਮਾ ਕੁੱਲੀ ਨੂੰ ਵੇਖੇ ਕਦੀ ਸਰਕਾਰ ਨੂੰ ਵੇਖੇ ਮੈਂ ਕਿਹੜੀ ਸੇਜ ਤੇਰੇ ਲਈ ਸਜਾਵਾਂ
یا رسول اللہ آنکھو تیرا کھاواں میں تیرے گیت گاواں یا لا تیرا کھاواں میں تیرے گیت گاواں یا رسول اللہ ਕਬਰਾਂ 'ਤੇ ਚਲੇ ਜਾਓ ਨਾ ਭਾਵੇਂ ਕੋਈ ਚੀਮੇ ਚੱਠੇ ਵੱਟੂ ਤਾਰੜ ਚੌਧਰੀ ਹੋਣ ਪਲਵਾਨ ਹੋਣ ਮਿਨਿਸਟਰ ਹੋਣ ਵਜ਼ੀਰ ਹੋਣ ਉਹਨਾਂ ਦੀਆਂ ਕਬਰਾਂ 'ਤੇ ਚਲੇ ਜਾਓ ਕੁੱਤੇ ਪਿਸ਼ਾਬ ਕਰ ਦੇਣ ਉਹਨਾਂ ਦੀਆਂ ਕਬਰਾਂ 'ਤੇ ਲੇਕਿਨ ਕਿਸੇ ਹਜ਼ੂਰ ਦੇ ਨੌਕਰ ਦੀ ਕਬਰ 'ਤੇ ਟੁੱਟ ਜਾਓ ਤੁਹਾਨੂੰ ਕੁਰਾਨ ਦੀ ਆਵਾਜ਼ ਆਵੇ ਜਿਤਨੇ ਨੌਜਵਾਨ ਬੈਠੇ ਹੋ ਨਾ ਮੈਂ ਤੁਹਾਨੂੰ ਦਾਵਤ ਦੇਣਾ ਚਾਹੁੰਦਾ ਇਸ ਜਲਸੇ ਦਾ ਮੁੱਲ ਪੈ ਜਾਏਗਾ ਮੈਂ ਤੁਹਾਡੇ ਕੋਲ ਵਾਅਦਾ ਲੈਣਾ ਚਾਹੁੰਦਾ ਸਾਰੀ ਜ਼ਿੰਦਗੀ ਹਜ਼ੂਰ ਨਾਲ ਵਫਾ ਕਰਿਆ ਜੇ ਸਾਰੀ ਜ਼ਿੰਦਗੀ ਹਜ਼ੂਰ ਨਾਲ ਵਫਾ ਕਰਿਆ ਜੇ ਜਦੋਂ ਇਸ ਕਿਰਤਾਰ ਪੁੱਜ ਦੇ ਵਿੱਚੋਂ ਤੁਹਾਡਾ ਜਨਾਜ਼ਾ ਉੱਠੇ ਨਾ ਅਤੇ ਕਲਮੇ ਸ਼ਹਾਦਤ ਦੇ ਅੰਦਰ ਤੁਹਾਨੂੰ ਕਬਰਸਤਾਨ ਖੜਿਆ ਜਾਏ ਪਿੱਛੇ ਪਿੱਛੇ ਲੋਕ ਰੋਂਦੇ ਜਾਣ ਔਰ ਹਜ਼ੂਰ ਦਾ ਗੁਲਾਮ ਪਿਆ ਜਾਂਦਾ ਹਜ਼ੂਰ ਦਾ ਗੁਲਾਮ ਪਿਆ ਜਾਂਦਾ ਆਜ ਲਈ ਉਨਕੀ ਪਨਾਹ ਆਜ ਮਦਦ ਮਾਂਗ ਉਨਸੇ ਫਿਰ ਨਾ ਮਾਨੇਗੀ ਕਿਆਮਤ ਮੈਂ ਅਗਰ ਮਾਨ ਗਿਆ ਜਿਤਨੇ ਨੌਜਵਾਨ ਬੈਠੇ ਹੋ ਮੈਂ ਤੁਹਾਡੇ ਕੋਲ ਇੱਕ ਹੋਰ ਵਾਅਦਾ ਲੈਣਾ ਚਾਹੁੰਦਾ ਕੰਮ 'ਤੇ ਜਦੋਂ ਜਾਣ ਲੱਗੋ ਨਾ ਆਪਣੇ ਅੱਬੂ ਦੇ ਹੱਥ ਚੁੰਮ ਕੇ ਜਾਇਆ ਕਰੋ ਆਪਣੇ ਅੱਬੂ ਦੇ ਹੱਥ ਚੁੰਮਿਆ ਕਰੋ ਪੀਰਾਂ ਦੇ ਨਸ ਨਸ ਕੇ ਚੁੰਮਦੇ ਹੋ ਮੌਲਵੀਆਂ ਦੇ ਚੁੰਮਦੇ ਹੋ ਬਾਪ ਕੋਲੋਂ ਦੁਆ ਲਵਿਆ ਜੇ ਵੇਖਿਆ ਜੇ ਰੱਬ ਤੁਹਾਨੂੰ ਸ਼ਾਨਾਂ ਕਿੰਨੀਆਂ ਕੋਤਾ ਕਰ ਦਿੰਦਾ ਤੁਹਾਡੇ ਅਮਲ ਦੀ ਵਜ੍ਹਾ ਤੋਂ ਤੁਹਾਡਾ ਬਾਪ ਜੇ ਰੋ ਪਿਆ ਨਾ ਤੇ ਰੱਬ ਨਾਰਾਜ਼ ਹੋ ਜਾਣਾ ਜੇ ਤੇਰੀ ਐਸਾ ਦੁੱਖ ਦਿੱਤਾ ਨਾ ਤੂੰ ਬਾਪ ਨੂੰ ਤੇ ਤੇਰੇ ਦੁੱਖ ਦੀ ਵਜ੍ਹਾ ਤੋਂ ਬਾਪ ਦੀ ਅੱਖ ਵਿੱਚ ਅਥਰੂ ਡੁੱਲ ਗਏ ਨਾ ਤੇ ਦੋਜ਼ਖ ਦਾ ਦਰਵਾਜ਼ਾ ਖੁੱਲ ਜਾਏਗਾ ਫਿਰ ਨਾ ਕਮੀ ਕਿਸੇ ਦੱਸਿਆ ਨਹੀਂ ਸੀ ਮੈਨੂੰ ਮੌਲਵੀ ਨੇ ਜੇ ਬਾਪ ਰਾਜ਼ੀ ਹੈ ਤੇ ਖੁਦਾ ਵੀ ਰਾਜ਼ੀ ਮਾਂ ਰਾਜ਼ੀ ਹੈ ਤੇ ਮੁਸਤਫਾ ਰਾਜ਼ੀ ਹੈ ਇਸ ਹਸੇ ਨਾਲ ਜਲਸੇ ਦਾ ਮਕਸਦ ਖਾਲੀ ਹੈ ਤੇ ਨਹੀਂ ਕਿ ਮੌਲਵੀ ਹੋਣ ਤੇ ਸ਼ੇਰ ਪੜ੍ਹ ਕੇ ਚਲੇ ਜਾਣ ਤੇ ਨਾਰਾ ਤਕਬੀਰ ਕਹਿ ਕੇ ਤੇ ਸਵਾਦ ਲੈ ਕੇ ਘਰੋ ਘਰੀ ਤੁਰ ਜਾਓ ਵਾਅਦਾ ਕਰੋ ਆਪਣੇ ਵਾਲਦੈਨ ਦਾ ਇਹਤਰਾਮ ਕਰੋਗੇ ਯਹੂਦੀ ਸ਼ੁਕਰ ਕਰਦੇ ਨੇ ਯਾ ਅੱਲਾ ਸ਼ੁਕਰ ਹੈ ਯਹੂਦੀ ਬਣਾਏ ਸਾਨੂੰ ਈਸਾਈ ਨਹੀਂ ਬਣਾਇਆ ਈਸਾਈ ਸ਼ੁਕਰ ਕਰਦੇ ਨੇ ਯਾ ਅੱਲਾ ਸ਼ੁਕਰ ਹੈ ਈਸਾਈ ਬਣਾਏ ਯਹੂਦੀ ਨਹੀਂ ਬਣਾਇਆ ਉਹ ਸ਼ੁਕਰ ਕਰਦੇ ਨੇ ਯਾ ਅੱਲਾ ਸ਼ੁਕਰ ਹੈ ਮਜੂਸੀ ਨਹੀਂ ਬਣਾਇਆ ਮਜੂਸੀ ਸ਼ੁਕਰ ਕਰਦਾ ਯਾ ਅੱਲਾ ਸ਼ੁਕਰ ਮਜੂਸੀ ਬਣਾਇਆ ਖਨਜ਼ੀਰ ਨਹੀਂ ਬਣਾਇਆ ਅਤੇ ਖਨਜ਼ੀਰ ਵੀ ਸ਼ੁਕਰ ਕਰਦਾ ਯਾ ਅੱਲਾ ਸ਼ੁਕਰ ਖਨਜ਼ੀਰ ਬਣਾਏ ਬੇਨਮਾਜ਼ ਤਾਂ ਨਹੀਂ ਉਹਨਾਂ ਬਣਾਇਆ ਇਹ ਵੀ ਅੱਜ ਮੈਂ ਤੁਹਾਡੇ ਕੋਲ ਵਾਅਦਾ ਲੈਣਾ ਕਿ ਮਸਜਿਦ ਆਬਾਦ ਉਦੋਂ ਹੋਣੀ ਹੈ ਜਦੋਂ ਇੱਥੇ ਸਜਦੇ ਕਰੋਗੇ ਭਾਵੇਂ ਟੈਲਾਂ ਲਵਾ ਲਓ ਭਾਵੇਂ ਏ ਸੀ ਲਵਾ ਲਓ ਪਰ ਤੁਹਾਡੇ ਸਜਦਿਆਂ ਨਾਲ ਮਸਜਿਦ ਆਬਾਦ ਹੋਣੀ ਹੈ ਇਸ ਵਾਸਤੇ ਬੇਨਮਾਜ਼ ਜਿਹੜਾ ਬੰਦਾ ਨਾ ਮਰ ਲੱਗਿਆ ਉਹਦੀ ਰੂਹ ਸਖਤੀ ਦੇ ਨਾਲ ਨਿਕਲਦੀ ਹੈ ਦੁਨੀਆਂ ਦਾ ਪਾਣੀ ਪੀਣਾ ਲਓ ਉਹਦੀ ਪਿਆਸ ਨਹੀਂ ਖਤਮ ਹੁੰਦੀ ਮਲਕਣ ਮੌਤ ਸਖਤੀ ਨਾਲ ਰੂਹ ਕੱਢਦਾ ਇਹ ਚੰਦ ਦਿਨ ਜ਼ਿੰਦਗੀ ਇੱਕ ਅੱਜ ਕੋ ਕੱਲ੍ਹ ਕੋਈ ਪਤਾ ਨਹੀਂ ਜੀ ਕਿਹੜੇ ਵੇਲੇ ਮੌਤ ਆ ਜਾਣੀ ਬਸ ਮੇਰਾ ਪੈਗਾਮ ਹੈ ਵਾਲਦਿਆਂ ਦਾ ਇਹਤਰਾਮ ਕਰੋ ਪੰਜ ਵਕਤ ਨਮਾਜ਼ ਪੜ੍ਹੋ ਆਪਣੇ ਬਾਪ ਦੇ ਨਾਲ ਦੁਆ ਸਲਾਮ ਲੈ ਕੇ ਨਿਗਾਹਾਂ ਝੁਕਾ ਕੇ ਬਾਪ ਝਿੜਕੇ ਅਤੇ ਅੱਗੋਂ ਬੋਲਣਾ ਜੀ ਇਸ ਵਾਸਤੇ ਉਹਨੂੰ ਨਾਰਾਜ਼ ਨਾ ਕਰ ਮਾਂ ਦਾ ਇਹਤਰਾਮ ਕਰ ਇਹੀ ਜੰਨਤ ਹੀ ਇਹੀ ਦੋਜ਼ਖ ਯਾਰ ਸੋਲਾ ਜੰਨਤ ਦੋਜ਼ਖ ਕਿਸ ਤਰ੍ਹਾਂ ਫਰਮਾਇਆ ਜੇ ਨਾਰਾਜ਼ ਹੋ ਗਿਆ ਦੋਜ਼ਖ ਅਤੇ ਜੇ ਰਾਜ਼ੀ ਹੋ ਗਿਆ ਤਾਂ ਜੰਨਤ ਬਸ ਹਜ਼ੂਰ ਦੇ ਮਿਲਾਦ ਦਾ ਤਦ ਮੁੱਲ ਪਵੇਗਾ ਅਤੇ ਖੁਸ਼ੀਆਂ ਜਿੰਨੀਆਂ ਮਰਜ਼ੀ ਕਰਿਆ ਜੇ ਜਦੋਂ ਇਹ ਨਮਾਜ਼ ਪੜ੍ਹ ਕੇ ਮਾਂ ਪਿਓ ਨੂੰ ਰਾਜ਼ੀ ਕਰਕੇ ਮਿਲਾਦ ਮਨਾਓਗੇ ਵੇਖਿਆ ਜੇ ਮਿਲਾਦ ਦਾ ਕਿਸ ਤਰ੍ਹਾਂ ਮੁੱਲ ਪੈਂਦਾ ਇਹਨਾਂ ਬੂਟੇ ਗੁਜਰਾਤੀ ਦਾ ਪੜਿਆ ਤਾਂ ਮੈਂ ਵੀ ਇੱਕ ਪੜ੍ਹ ਲਿਆ ਉਹਦਾ ਮੱਖੇ ਚਾਰ ਚੁਫੇਰੇ ਪੁਕਾਰ ਪੈ ਗਈ ਇਹ ਬਾਲੀ ਦੋ ਜਹਾਨ ਦਾ ਆਇਆ ਬਦੋਹਾ ਚਿਹਰਾ ਓਏ ਵੱਲ ਜ਼ੁਲਫਾਂ ਕਿਸੇ ਮਾਂ ਕਰਮਾ ਵਾਲੀ ਜਾਇਆ ਏ ਜਿਸਨੇ ਉਸਨੇ ਦੀ ਚਾਡ ਨਾ ਚਲੀ ਹੁਸਨ ਵਾਲਿਆ ਮੁੱਖ ਲੁਕਾਇਆ ਏ
ਜਦੋਂ ਚਲਦਾ ਤੇ ਕਰਦੀ ਜ਼ਮੀਂ ਸਜਦੇ ਏ ਸ਼ਜਰੋ ਹਜਰ ਨੇ ਸੀਸ ਨਵਾਇਆ ਏ ਜਿੱਥੇ ਸਭ ਖੁਦਾ ਸਨ ਝੂਠਿਆਂ ਦੇ ਝੰਡਾ ਉੱਥੇ ਤੋਹੀਦ ਦਾ ਇਹ ਲਾਇਆ ਏ ਕਿਉਂ ਨਾ ਖੁਸ਼ੀਆਂ ਜ਼ਹੂਰੀ ਓਏ ਮਨਾਓ ਸਾਰੇ ਓ ਕਮਲੀ ਵਾਲਾ ਤਸ਼ਰੀਫ ਲਿਆ।